ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡਾ ਗੁਰਲਾਲ ਹਾਜ਼ਰ ਪ੍ਰੋਗਰਾਮ ਓਪਨ ਪਲੇਟਫਾਰਮ ਲੈ ਕੇ ਮੈਂ ਹਾਜ਼ਰ ਹੁੰਨਾ ਆ ਟਿਊਜ਼ਡੇ ਵੈਂਸਡੇ ਥਰਸਡੇ ਸ਼ਾਮ ਨੂੰ 9 ਵਜੇ ਪੈਸੀਫਿਕ ਟਾਈਮ ਸਾਡੇ ਕੈਲੀਫੋਰਨੀਆ ਸਟੂਡੀਓ ਤੋਂ ਦਰਸ਼ਕੋ ਅੱਜ ਮੈਂ ਜ਼ਿਆਦਾ ਟਾਈਮ ਭੂਮਿਕਾ ਤੇ ਨਹੀਂ ਲਾਉਂਗਾ ਕਿਉਂਕਿ ਸਾਡੇ ਨਾਲ ਬਹੁਤ ਹੀ ਮੁਅੱਜ਼ਜ਼ ਮਹਿਮਾਨ ਜਿਹੜੇ ਇੰਡੀਆ ਤੋਂ ਜੁੜ ਗਏ ਨੇ ਤੇ ਉਹਨਾਂ ਕੋਲ ਵੀ ਟਾਈਮ ਥੋੜਾ ਆ ਮੇਰੇ ਕਹਿਣ ਤੋਂ ਭਾਵ ਰਾਜ ਸਭਾ ਮੈਂਬਰ ਨਾਲੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪੂਰਵ ਪ੍ਰਧਾਨ ਤੇ ਨਾਲੇ ਗੁਰਦਾਸਪੁਰ ਤੋਂ ਐਮ ਪੀ ਵੀ ਰਹਿ ਚੁੱਕੇ ਅਤੇ ਯੂਥ ਵਿੰਗ ਦੇ ਪ੍ਰਧਾਨ ਵੀ ਰਹਿ ਚੁੱਕੇ ਨੇ ਮੇਰੇ ਕਹਿਣ ਦਾ ਮਤਲਬ ਆਨਰੇਬਲ ਰਾਜ ਸਭਾ ਮੈਂਬਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਮੇਰੇ ਨਾਲ ਜੁੜ ਗਏ ਨੇ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਅਤੇ ਫਿਰ ਆਪਾਂ ਬਾਕੀ ਦਾ ਕੰਮ ਬਾਜਵਾ ਸਾਹਿਬ ਬਹੁਤ ਬਹੁਤ ਸਵਾਗਤ ਜੀ ਤੁਹਾਡਾ ਸਾਡੇ ਜਸ ਪੰਜਾਬੀ 'ਤੇ ਜੀ ਥੈਂਕ ਯੂ ਗੁਰਲਾਲ ਜੀ ਤੁਹਾਡਾ ਵੀ ਅਤੇ ਤੁਹਾਡੇ ਸਾਰੇ ਸੁਣਨ ਵਾਲੇ ਜਿਹੜੇ ਅਮੈਰੀਕਾ ਕੈਨੇਡਾ ਜਾਂ ਬਾਹਰਲੇ ਦੇਸ਼ਾਂ 'ਚ ਮੇਰੇ ਪੰਜਾਬੀ ਭਰਾ ਭੈਣਾਂ ਮਾਤਾਵਾਂ ਬੱਚੇ ਬੈਠੇ ਨੇ ਮੈਂ ਤੁਹਾਡਾ ਬਹੁਤ ਮਸ਼ਕੂਰ ਹਾਂ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਆਪਣੀ ਗੱਲ ਸਾਂਝੀ ਕਰਨ ਜੀ ਬਾਜਵਾ ਸਾਹਿਬ ਇਟਸ ਆਨਰ ਟੂ ਅਸ ਐਂਡ ਬਾਜਵਾ ਸਾਹਿਬ ਮੈਨੂੰ ਪਤਾ ਲੱਗਾ ਕਿ ਤੁਹਾਡੇ ਕੋਲ ਟਾਈਮ ਬਹੁਤ ਥੋੜ੍ਹਾ ਅੱਜ ਤੁਸੀਂ ਪਾਰਲੀਮੈਂਟ 'ਚ ਬਹੁਤ ਛੇਤੀ ਪਹੁੰਚਣਾ ਆਪਾਂ ਸਿੱਧਾ ਮੁੱਦੇ 'ਤੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਗੱਲਬਾਤ ਕਰਕੇ ਤੁਹਾਨੂੰ ਛੇਤੀ ਫ੍ਰੀ ਕਰਾਂਗੇ ਮੈਂ ਬਾਜਵਾ ਸਾਹਿਬ ਸਾਰ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਤੁਹਾਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਅੱਜ ਬਜਟ ਜਿਹੜਾ ਪੇਸ਼ ਕੀਤਾ ਗਿਆ ਜਾਂ ਨਿਕਲੇ ਕੱਲ੍ਹ ਸਰਦਾਰ ਮਨਪ੍ਰੀਤ ਸਿੰਘ ਬਾਦਲ ਵੱਲੋਂ ਕੀਤਾ ਗਿਆ ਬਹੁਤ ਚੰਗੀਆਂ ਚੀਜ਼ਾਂ ਦਿੱਤੀਆਂ ਉਹਨਾਂ ਨੇ ਬਹੁਤ ਚੰਗੇ ਪਰ ਤੁਹਾਨੂੰ ਲੱਗਦਾ ਕਿ ਇਹ ਆਹ ਜਿਹੜੀਆਂ ਚੀਜ਼ਾਂ ਉਹਨਾਂ ਨੇ ਦਿੱਤੀਆਂ ਹੈ ਇਹ ਅਖੀਰਲੇ ਸਾਲ ਨਾ ਦੇ ਕੇ ਥੋੜ੍ਹੇ 2 ਜਾਂ 3 ਸਾਲ ਪਹਿਲਾਂ ਦੇ ਦਿੱਤੀਆਂ ਜਾਂਦੀਆਂ ਅਤੇ ਕਾਂਗਰਸ ਦਾ ਇੱਕ ਸਟੈਂਡ ਹੋਰ ਹੋਣਾ ਸੀਗਾ ਜੇ ਆਪਾਂ 2022 ਨੂੰ ਮੱਦੇ ਨਜ਼ਰ ਰੱਖ ਕੇ ਦੇਖੀਏ ਤਾਂ ਗੁਰਲਾਲ ਜੀ ਗੱਲ ਇਸ ਤਰ੍ਹਾਂ ਹੈ ਕਿ ਬਿਲਕੁਲ ਤੁਹਾਡੀ ਗੱਲ ਠੀਕ ਹੈ ਬਟ ਜਦੋਂ ਵੀ ਅਸੀਂ ਬਜਟ ਵੱਲ ਵੇਖਦੇ ਹਾਂ ਪਹਿਲੇ ਗਵਰਨਮੈਂਟ ਨੂੰ ਇਹ ਵੇਖਣਾ ਪੈਂਦਾ ਕਿ ਸਾਡੀ ਜੇਬ 'ਚ ਪੈਸੇ ਕਿੰਨੇ ਜੀ 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 ਬਦਕਿਸਮਤੀ ਦੇ ਨਾਲ 1980 ਦੇ ਦੌਰ ਤੋਂ ਬਾਅਦ ਜਦੋਂ ਪੰਜਾਬ ਵਿੱਚ ਮਿਲੀਟੈਂਸੀ ਸੀ ਅਤੇ ਹਾਲਾਤ ਵਿਗੜੇ ਉਦੋਂ ਤੋਂ ਬਾਅਦ ਹੀ ਪੰਜਾਬ ਦਾ ਜਿਹੜਾ ਅਸਲ ਗੋਲਡਨ ਪੀਰੀਅਡ ਸੀ ਓਵਰ ਹੋ ਗਿਆ ਜੀ ਇੰਡਸਟਰੀ ਜਾਣੀ ਸ਼ੁਰੂ ਹੋ ਗਈ ਕਾਰੋਬਾਰ ਸਾਡੇ ਪੰਜਾਬ 'ਚੋਂ ਜਾਣੇ ਸ਼ੁਰੂ ਹੋ ਗਏ ਕਰਜ਼ਾ ਚੜ੍ਹਨਾ ਸ਼ੁਰੂ ਹੋ ਕਿਉਂਕਿ ਜਿਹੜੀਆਂ ਪੈਰਾਮਿਲਟਰੀ ਫੋਰਸਿਸ ਪੰਜਾਬ 'ਚ ਰਹੀਆਂ ਆਰਮੀ ਪੰਜਾਬ 'ਚ ਰਹੀ ਉਹਦਾ ਤੁਸੀਂ ਲਾਲ ਜੀ ਮੈਂ ਦੱਸਣਾ ਚਾਹੁੰਦਾ ਇੱਥੇ ਅਮਰੀਕਾ 'ਚ ਬੈਠੇ ਭਰਾਵਾਂ ਨੂੰ ਉਹਦਾ ਖਰਚਾ ਸੈਂਟਰਲ ਗਵਰਨਮੈਂਟ ਨੇ ਨਹੀਂ ਉਹ ਸਟੇਟ ਗਵਰਨਮੈਂਟ ਨੂੰ ਪੇ ਕਰਨਾ ਪਿਆ ਬਾਈ ਦੀ ਐਂਡ ਆਫ ਦੀ ਜੀ 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 ਇਹ ਇੱਕ ਬੜਾ ਵੱਡਾ ਨੁਕਸਾਨ ਹੋਇਆ ਤੇ ਤੁਸੀਂ ਵੇਖੋ ਕੈਲੀਫੋਰਨੀਆ ਸਾਰਿਆਂ ਨੂੰ ਦੁਨੀਆ ਦੇ ਵਿੱਚ ਮੋਸਟ ਐਗਰੀਕਲਚਰਲੀ ਡਿਵੈਲਪਡ ਸਟੇਟ ਹੈ ਜੀ 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 ਪੰਜਾਬ ਨੂੰ ਵੀ ਅਸੀਂ ਹਮੇਸ਼ਾ ਸਾਰੇ ਪੋਲੀਟੀਸ਼ੀਅਨਸ ਸਪਨਾ ਲੋਕਾਂ ਨੂੰ ਵਿਖਾਉਂਦੇ ਰਹੇ ਅਸੀਂ ਇਹਨੂੰ ਮਿਨੀ ਕੈਲੀਫੋਰਨੀਆ ਕਹਿੰਦੇ ਰਹੇ ਅਸੀਂ ਸਪਨਾ ਰਹੇ ਕਿ ਜੋ ਕੈਲੀਫੋਰਨੀਆ ਦੇ ਵਿੱਚ ਹਾਲਾਤ ਨੇ ਉਹੀ ਅਸੀਂ ਮਾਲੀ ਤੌਰ 'ਤੇ ਪੰਜਾਬ ਦੇ ਵਿੱਚ ਹਾਲਾਤ ਪੈਦਾ ਕਰਨਾ ਚਾਹੁੰਦੇ ਹਾਂ ਉਨੇ ਹੀ ਸਾਡੇ ਕਿਸਾਨ ਉਨੇ ਹੀ ਪੰਜਾਬ ਦੇ ਲੋਕ ਪ੍ਰਫੁੱਲਿਤ ਹੋਣੇ ਚਾਹੀਦੇ ਨੇ ਜਿੰਨੇ ਉੱਥੇ ਨੇ ਬਟ ਇਹ ਗੱਲ ਇਹ ਹੈ ਇਨ ਪ੍ਰੈਕਟੀਕਲ ਸ਼ੇਪ ਅਸੀਂ ਨਹੀਂ ਕਰ ਪਾਏ ਕਿਉਂਕਿ ਸਾਡੇ ਖਰਚੇ ਬੇਤਹਾਸ਼ਾ ਰਹੇ ਸਾਰੀਆਂ ਸਰਕਾਰਾਂ ਪੋਪੂਲਿਸਟ ਮੀਨਸ ਦੇ ਨਾਲ ਅਖੀਰਲਾ ਸਾਲ ਹੈ ਹੁਣ ਲੋਕਾਂ ਵਿੱਚ ਜਾਣਾ ਜੀ ਅਸੀਂ ਜਦ ਪੈਸਾ ਸਪਲੈਸ਼ ਕਰੀਦਾ ਆਮਦਨ ਘੱਟ ਹੈ ਖਰਚੇ ਵੱਧ ਨੇ ਜੀ ਜਦੋਂ ਵੀ ਇਹ ਕੰਮ ਕਰੋਗੇ ਕਿਸਾਨ ਵੀ ਵੇਖੋ ਅਸੀਂ ਵੇਖ ਰਹੇ ਹਾਂ ਬਾਈ ਦੀ ਐਂਡ ਆਫ ਦੀ ਡੇ ਜਿਹੜਾ ਆਪਣਾ ਕਿਸਾਨ ਹੈ ਪੰਜਾਬ ਦੇ ਵਿੱਚ ਉਹਦੀ ਥੱਲੇ ਜਾਣ ਦਾ ਕਾਰਨ ਕੀ ਹੈ ਡੈਟ 'ਚ ਕਿਉਂ ਫਸਦਾ ਤਾਂ ਫਸਦਾ ਵਿਆਹ ਸ਼ਾਦੀ ਦੇ ਵਿੱਚ ਅਸੀਂ ਖਰਚਾ ਇੰਨਾ ਕਰ ਰਹੇ ਹਾਂ ਕੋਠੀਆਂ ਬਣਾਉਣ 'ਤੇ ਖਰਚਾ ਇੰਨਾ ਕਰ ਦਿੰਦੇ ਹਾਂ ਕਾਰਾਂ ਲੈ ਲੈਂਦੇ ਆਮਦਨ ਘੱਟ ਹੈ ਖਰਚਾ ਜ਼ਿਆਦਾ ਹੈ ਸੇਮ ਸਾਡੀਆਂ ਸਾਰੀਆਂ ਸਰਕਾਰਾਂ ਨੇ ਪਿਛਲੇ 35-40 ਸਾਲ 'ਚ ਕੀਤਾ ਆਮਦਨ ਵੱਲ ਧਿਆਨ ਘੱਟ ਸੀ ਖਰਚੇ ਵੱਲ ਬਹੁਤਾ ਸੀ ਪੋਪੂਲਰ ਸਕੀਮ ਜ਼ਿਆਦਾ ਕੱਢੀਆਂ ਜਿਹਦੇ ਨਾਲ ਆਹਿਸਤਾ ਆਹਿਸਤਾ ਕਰਜ਼ਾ ਬੇਤਾਸ਼ਾ ਸੂਬੇ 'ਤੇ ਕਰਜ਼ਾ ਚੜ੍ਹ ਰਿਹਾ ਸੋ ਇਹ ਇੱਕ ਅੱਛਾ ਸਾਈਨ ਨਹੀਂ ਹੈ ਪੰਜਾਬ ਯਾਰ ਤੁਸੀਂ ਐਕਸਪਲੇਨ ਕੀਤਾ ਕਿ ਇਨਕਮ ਅਤੇ ਐਕਸਪੈਂਡੀਚਰ ਬੈਲੈਂਸ ਨਹੀਂ ਹੋ ਰਹੇ ਚਾਹੇ ਘਰਾਂ 'ਚ ਸਰਕਾਰਾਂ ਨਾਲ ਬਾਜਵਾ ਸਾਹਿਬ ਮੈਂ ਇੱਕ ਸੈਸ਼ਨ ਰੱਖੂੰਗਾ ਤੁਹਾਡੇ ਨਾਲ ਫੁੱਲ ਜਦੋਂ ਤੁਹਾਡੇ ਕੋਲ ਟਾਈਮ ਹੋਇਆ ਕਿ ਤੁਸੀਂ ਕੋਈ ਸਰਕਾਰ ਵੱਲੋਂ ਸੈਮੀਨਾਰ ਰੱਖ ਰਹੇ ਹੋ ਯੂਥ ਨੂੰ ਜਿਹੜੇ ਚਲੇ ਗਏ ਬਜ਼ੁਰਗ ਜਾਂ 50 ਤੋਂ ਉੱਪਰ ਆਪਾਂ ਉਹਨਾਂ ਦੀ ਗੱਲ ਨਹੀਂ ਕਰ ਜਿਹੜਾ ਯੂਥ ਹੈ ਜਿਹੜਾ ਨਵੇਂ ਬੱਚੇ ਆ ਰਹੇ ਆ ਤਾਂ ਉਹਨਾਂ ਨੂੰ ਇਹ ਚੀਜ਼ ਸਿਖਾਈ ਜਾਵੇ ਕਿ ਕੋਠੀਆਂ ਸਾਡੇ ਲਈ ਜ਼ਰੂਰੀ ਨਹੀਂ ਹੈ ਸਾਡੇ ਲਈ ਜ਼ਰੂਰੀ ਐਜੂਕੇਸ਼ਨ ਹੈ ਸਾਨੂੰ ਲੋੜ ਨਹੀਂ ਹੈ ਵਿਆਹਾਂ 'ਤੇ ਐਡੇ ਇੰਨੇ ਖਰਚੇ ਕਰਨ ਦੀ ਉਹ ਛੋਟੀ ਸੈਰਮਨੀ ਨਾਲ ਵੀ ਸਰ ਸਕਦਾ ਹੈ ਠੀਕ ਹੈ ਨਾ ਇਹ ਮੈਂ ਰੱਖੂੰਗਾ ਬਾਅਦ ਦੇ ਵਿੱਚ ਨੈਕਸਟ ਕੁਐਸਚਨ ਬਾਜਵਾ ਸਾਹਿਬ ਮੈਂ ਤੁਹਾਨੂੰ ਦੱਸਦਾ ਕਿ 2022 ਦੇ ਵਿੱਚ ਇਲੈਕਸ਼ਨ ਆਉਣ ਵਾਲੇ ਪੰਜਾਬ ਦੇ ਵਿੱਚ ਮੈਨੂੰ ਜਿੱਤੋਂ ਹੀ ਸਾਰਾ ਪਤਾ ਤੁਹਾਡੇ ਫਾਦਰ ਸਾਹਿਬ ਵੀ ਮਿਨਿਸਟਰ ਰਹਿ ਚੁੱਕੇ ਨੇ ਉੱਥੇ
ਸਾਰਾ ਕੁਝ ਤੁਸੀਂ ਕੀ ਦੇਖ ਰਹੇ ਹੋ ਸੀਐਮ ਦਾ ਚਿਹਰਾ ਕੋਈ ਬਦਲੇਗਾ ਜਾਂ ਕੈਪਟਨ ਸਾਹਿਬ ਹੀ ਸ਼ਿਪ ਦੇ ਕੈਪਟਨ ਦੁਬਾਰਾ ਹੋਣਗੇ ਕੀ ਦੇਖ ਰਹੇ ਹੋ ਦੇਖੋ ਗੱਲ ਸੀਐਮ ਦਾ ਚਿਹਰਾ ਤੇ ਪੰਜਾਬ ਦੇ ਲੋਕਾਂ ਨੇ ਡਿਸਾਈਡ ਕਰ ਜੀ 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 ਜਿਹੜੀ ਪਾਰਟੀ ਨੂੰ ਵੱਧ ਸੀਟਾਂ ਆਣਗੀਆਂ ਸੀਐਮ ਦਾ ਚਿਹਰਾ ਉਹਦਾ ਆਏਗਾ ਜੀ ਨੈਚੁਰਲ ਹੈ ਕਾਂਗਰਸ ਵੱਲੋਂ ਇਹ ਤੁਹਾਡਾ ਸਵਾਲ ਚਾਹੀਦਾ ਸੀ ਕਿ ਕਾਂਗਰਸ ਵੱਲੋਂ ਕੀ ਹਾਂਜੀ ਕਾਂਗਰਸ ਵੱਲੋਂ ਪੁੱਛਣਾ ਹਾਂਜੀ ਹਾਂਜੀ ਗੱਲ ਗੁਰਲਾਲ ਜੀ ਹਮੇਸ਼ਾ ਪਾਰਟੀ ਹਾਈ ਕਮਾਂਡ ਜਿਹੜੀ ਉਹ ਡਿਸਾਈਡ ਕਰਦੀ ਕਿ ਚਿਹਰਾ ਕੌਣ ਜੀ ਬਟ ਇਹ ਗੱਲ ਠੀਕ ਹੈ ਤੁਹਾਡੀ ਕਿ ਕੈਪਟਨ ਅਮਰਿੰਦਰ ਸਿੰਘ ਕਿਉਂਕਿ ਮੌਜੂਦਾ ਸਿਟਿੰਗ ਚੀਫ ਮਿਨਿਸਟਰ ਜੀ ਸੀਨੀਅਰ ਮੋਸਟ ਉਹ ਨੇ ਜੀ 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 ਪਹਿਲੀ ਓਬਵੀਅਸਲੀ ਜਿਹੜੀ ਪਾਰਟੀ ਦੀ ਹੋਏਗੀ ਮੈਂ ਸਮਝਣਾ ਜ਼ਿੰਮੇਵਾਰੀ ਉਹ ਇਹੀ ਹੋਏਗੀ ਕਿ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਹੀ ਪੁੱਛਿਆ ਜਾਏ ਕਿ ਕੀ ਤੁਸੀਂ ਲੀਡ ਕਰਨਾ ਚਾਹੋਗੇ ਜੀ 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 ਜੇ ਕੋਈ ਗੱਲ ਕਰਦਾ ਲੀਡ ਕਰਨਾ ਚਾਹਾਂਗਾ ਤਾਂ ਫਿਰ ਹੋ ਸਕਦਾ ਹੈ ਪਾਰਟੀ ਵਾਸਤੇ ਡਿਫਿਕਲਟ ਹੋਏ ਉਹਨਾਂ ਨੂੰ ਨਜ਼ਰ ਅੰਦਾਜ਼ ਕਰਕੇ ਕੋਈ ਨਵਾਂ ਆਦਮੀ ਇਸ ਟਾਈਮ ਲਿਆਂਦਾ ਜਾਏ ਜੀ ਕਿਉਂਕਿ ਦਫਾ ਕੈਪਟਨ ਅਮਰਿੰਦਰ ਸਿੰਘ ਜੀ ਨੇ ਖੁਦ ਕਿਹਾ ਸੀ ਕਿ ਮੇਰੀ ਲਾਸਟ ਇਲੈਕਸ਼ਨ ਹੋਈ ਹਾਂਜੀ ਮੈਂ ਉਸੇ ਬੇਸ ਤੇ ਪੁੱਛਿਆ ਹਾਂਜੀ ਹੁਣ ਥੋੜੀ ਦੇਰ ਪਹਿਲੇ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਆਪਣਾ ਸਟੈਂਸ ਬਦਲ ਕੇ ਗੱਲ ਕਹੀ ਕਿ ਅਜੇ ਪੰਜਾਬ ਨੂੰ ਮੇਰੀ ਲੋੜ ਹੈ ਜੀ ਤਾਂ ਮੈਂ ਦੋਹਰੀ ਬੈਟਿੰਗ ਦੋਹਰੀ ਇਨਿੰਗ ਫੇਰ ਖੇਡਣਾ ਚਾਹਾਂ ਸੋ ਜਿੰਨਾ ਚਿਰ ਕੈਪਟਨ ਅਮਰਿੰਦਰ ਸਿੰਘ ਦੋਹਰੀ ਇਨਿੰਗ ਖੇਡਣਾ ਚਾਹਣਗੇ ਉਹ ਤੇ ਇੰਟਰਨਲ ਪਾਰਟੀ ਦੀ ਹਾਈ ਕਮਾਂਡ ਮਿਸਿਸ ਗਾਂਧੀ ਸਾਡੇ ਪ੍ਰਧਾਨ ਨੇ ਇਸ ਟਾਈਮ ਤੇ ਜਿਹੜੀ ਪਾਰਟੀ ਦਾ ਸਟਰਕਚਰ ਹੈ ਟੌਪ ਉਹ ਬੈਠ ਕੇ ਡਿਸਾਈਡ ਕਰੇਗਾ ਕੀ ਕਰਨਾ ਇਹ ਬੇਸਿਕਲੀ ਪਾਰਟੀ ਹਾਈ ਕਮਾਂਡ ਦਾ ਫੈਸਲਾ ਹੋਏ ਬਾਜਵਾ ਸਾਹਿਬ ਮੈਂ ਦੁਬਾਰਾ ਬਜਟ ਤੇ ਜਾ ਰਿਹਾ ਹਾਂ ਸਰਦਾਰ ਮਨਪ੍ਰੀਤ ਸਿੰਘ ਬਾਦਲ ਨੇ ਵਧੀਆ ਜੋ ਉਹਨਾਂ ਨੇ ਸਮਰੱਥਾ ਸੀ ਉਸ ਹਿਸਾਬ ਨਾਲ ਵਧੀਆ ਕੰਮ ਕੀਤਾ ਉਹਨਾਂ ਨੇ ਵਿੱਤ ਮੰਤਰੀ ਰਹਿ ਕੇ ਉਹਨਾਂ ਦੀ ਇੱਕ ਸਟੇਟਮੈਂਟ ਆਈ ਹੈ ਕਿ ਇਹ ਮੇਰਾ ਲਾਸਟ ਈਅਰ ਹੋਊਗਾ ਐਜ਼ ਅ ਲਾਸਟ ਬਜਟ ਹੋਊਗਾ ਐਜ਼ ਅ ਫਾਈਨੈਂਸ ਮਿਨਿਸਟਰ ਅਗਲੀ ਵਾਰ ਜੇ ਮੌਕਾ ਮਿਲਿਆ ਤਾਂ ਮੈਂ ਕੋਈ ਹੋਰ ਮੰਤਰਾਲੇ ਲਊਂਗਾ ਸਰ ਜੇ ਤੁਹਾਨੂੰ ਇਹ ਮੌਕਾ ਦਿੱਤਾ ਜਾਵੇ ਤਾਂ ਤੁਸੀਂ ਉਹ ਕਹਿ ਰਹੇ ਸੀ ਕਿ ਮੈਂ ਬੈਲੈਂਸ ਜਿਹੜੀ ਆ ਜਿਹੜੀ ਚੈੱਕਬੁੱਕ ਹੈ ਉਹ ਬੈਲੈਂਸ ਕਰਨ 'ਚ ਬਹੁਤ ਕੋਸ਼ਿਸ਼ ਕੀਤੀ ਹੋਈ ਨਹੀਂ ਤੁਸੀਂ ਇੰਨੇ ਇੰਨੇ ਅਹੁਦਿਆਂ 'ਤੇ ਰਹਿ ਚੁੱਕੇ ਹੋ ਤੁਹਾਡੇ ਕੋਲ ਜੇ ਮੰਨ ਲਓ ਤੁਹਾਨੂੰ ਕੋਈ ਮੌਕਾ ਮਿਲਦਾ ਆ ਤੁਸੀਂ ਕੋਈ ਪਾਲਿਸੀਜ਼ ਚੇਂਜ ਕਰਕੇ ਜਿਹੜੀ ਚੈੱਕਬੁੱਕ ਹੈ ਉਹ ਬੈਲੈਂਸ ਕਰ ਸਕੋਗੇ ਪੰਜਾਬ ਦੇ ਬੈਟਰ ਫਿਊਚਰ ਲਈ ਗੁਰਲਾਲ ਜੀ ਪਹਿਲੇ ਤੇ ਪੋਲੀਟੀਕਲ ਪਾਰਟੀ ਨੂੰ ਮਨ ਬਣਾਉਣਾ ਪਏਗਾ ਜੀ ਕਿ ਅਸੀਂ ਕਰਨਾ ਕੀ ਚਾਹੁੰਦੇ ਜੇ ਤੇ ਅਸੀਂ ਆਪਣੀ ਆਮਦਨ ਵਧਾਉਣਾ ਚਾਹੁੰਦੇ ਹਾਂ ਤੇ ਆਮਦਨ ਵਧਾਉਣ ਦੇ ਤਰੀਕੇ ਬਹੁਤ ਹੈ ਜੀ ਬਟ ਉਹ ਤਰੀਕੇ ਜਿਹੜੇ ਨੇ ਥੋੜੇ ਜਿਹੇ ਅਨਪੋਪੂਲਰ ਹੁੰਦੇ ਜੀ ਉਹ ਜਿਹੜੇ ਪੁਰਾਣੇ ਵੈਸਟਡ ਇੰਟਰਸਟ ਹੈ ਨੇ ਉਹਨਾਂ ਨੂੰ ਤੋੜਨਾ ਪਏਗਾ ਜੀ ਤੁਸੀਂ ਗੱਲ ਮੇਰੀ ਸਮਝ ਰਹੇ ਹੋ ਕਿ ਜਿਹੜੀਆਂ ਪੁਰਾਣੀਆਂ ਖੇਤ ਦੇ ਵਿੱਚ ਨੇ ਸ਼ਰਾਬ ਦੇ ਵਿੱਚ ਨੇ ਹਾਂਜੀ ਟਰਾਂਸਪੋਰਟ ਦੇ ਵਿੱਚ ਨੇ ਜੇ ਅਸੀਂ ਉਹਨਾਂ ਨੂੰ ਤੋੜਨ ਨੂੰ ਤਿਆਰ ਹਾਂ ਤੇ ਉਹਦੇ ਨਾਲ ਕੀ ਹੋਏਗਾ ਫਿਰ ਸਟੇਟ ਦਾ ਰੈਵਨਿਊ ਵਧੇਗਾ ਜੀ 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 ਕੋਈ ਕੰਪਟੀਸ਼ਨ ਬਣਾਉਂਦੇ ਹਾਂ ਅੱਜ ਜਿੱਥੇ ਰੇਤ ਜਿੱਥੇ ਮਾਫੀਆ ਕੰਮ ਕਰ ਰਿਹਾ ਹੈ ਤੇ ਹੋ ਸਕਦਾ ਕਿ 1000 ਕਰੋੜ ਰੁਪਈਆ ਪੰਜਾਬ ਨੂੰ ਐਕਸਟਰਾ ਜੇ ਸ਼ਰਾਬ ਦਾ ਤੁਸੀਂ ਐਤਕੀ ਹੈਰਾਨ ਹੋਵੋਗੇ ਪਿਛਲੇ ਸਾਲ ਟੋਟਲ ਕੋਈ 4500 ਕਰੋੜ ਰੁਪਇਆ ਸੀ ਐਤਕੀ ਸਾਹਿਬ ਮਨਪ੍ਰੀਤ ਸਿੰਘ ਹੋਣਾ ਨੇ 7000 ਕਰੋੜ ਤੇ ਕੀਤਾ ਜੇ 2500 ਕਰੋੜ ਰੁਪਈਆ ਇੱਕ ਸਾਲ ਚ ਵਧਾਇਆ ਜਾ ਸਕਦਾ ਤੇ ਪਿਛਲੇ 4 ਸਾਲਾਂ ਦੇ ਵਿੱਚ 2500 ਕਰੋੜ ਘਟਿਆ ਕਿਉਂ ਹੈ ਜੀ 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 ਅਸੀਂ ਪਰ ਯਰ ਵੇਖਦੇ ਤੇ ਫਿਰ ਅੱਜ 7000 ਦੀ ਜਗ੍ਹਾ ਤੇ ਘੱਟ ਤੋਂ ਘੱਟ ਸਾਡਾ ਜਿਹੜਾ ਐਕਸਾਈਜ਼ ਦਾ ਬਜਟ ਸੀ ਇਟ ਸ਼ੁੱਡ ਹੈਵ ਬੀਨ ਕਲੋਜ਼ਰ ਟੂ 12 to 13,000 ਕਰੋੜ ਜੀ 5000 ਕਰੋੜ ਇਸ ਲਈ ਸੋ ਕਹਿਣ ਦਾ ਮੇਰਾ ਮਤਲਬ ਹੈ ਕਿ ਟਰਾਂਸਪੋਰਟ 'ਚ ਬੜੀਆਂ ਕਮੀਆਂ ਪੇਸ਼ੀਆਂ ਨੇ ਬਹੁਤ ਸਾਰੇ ਡਿਪਾਰਟਮੈਂਟਸ ਦੇ ਵਿੱਚ ਆਪਣੇ ਖਰਚੇ ਵੀ ਕੰਟਰੋਲ ਕਰਨੇ ਪੈਣਗੇ ਜੀ ਜੇ ਤੁਸੀਂ ਕਰਨ ਨੂੰ ਤਿਆਰ ਹੋ ਤਾਂ ਬਕਾਇਦਾ ਤੌਰ ਪੰਜਾਬ ਤੇ ਏਡੀ ਵਾਈਬ੍ਰੈਂਟ ਸਟੇਟ ਹੈ ਗੁਰਰਾਜ ਜੀ ਇੰਨਾ ਸਾਡਾ NRI ਭਰਾ ਬਾਹਰ ਬੈਠਾ ਹੈ ਜੀ ਹਰ ਦੇ ਵਿੱਚ ਮੇਰਾ ਖਿਆਲ ਸਾਰਿਆਂ ਨੂੰ ਵੱਡੀ ਬਦਕਿਸਮਤੀ ਮੈਨੂੰ ਬੜਾ ਅਫਸੋਸ ਹੈ ਆਪਣੀ ਗਵਰਨਮੈਂਟ ਦੇ ਜੀ ਕਈ ਗੋਲਡਨ ਓਪਰਚੁਨਿਟੀ ਤੁਹਾਨੂੰ ਮਿਲੀ ਹੈ NRI ਭਰਾ ਜਿਹੜੇ ਨੇ ਆਪਣੇ ਪਿੰਡਾਂ ਵਾਸਤੇ ਜੀ ਤੁਸੀਂ ਹੈਲਥ ਸਰਵਿਸਿਸ ਦੇ ਵਿੱਚ ਮੇਜਰ ਕੰਟਰੀਬਿਊਸ਼ਨ ਲੈ ਸਕਦੇ ਸੀ ਐਜੂਕੇਸ਼ਨ ਕੁਆਲਿਟੀ ਐਜੂਕੇਸ਼ਨ 'ਚ ਲੈ ਸਕਦੇ ਸੀ ਤੁਸੀਂ ਉੱਥੇ ਨਵਾਂ ਇਨਫਰਾਸਟ੍ਰਕਚਰ ਤਿਆਰ ਕਰਨ ਦਾ ਪਲੇਗਰਾਊਂਡ ਤਿਆਰ ਕਰਦੇ ਓਪਨ ਜਿਮਸ ਬਣਾਉਣ ਦੀ ਗੱਲ ਕਰਦੇ ਜਿਸ ਤਰ੍ਹਾਂ ਬਹੁਤ ਸਾਰੇ ਪਿੰਡ ਕੋ ਲੁਧਿਆਣੇ ਵਿੱਚ ਹੁਸ਼ਿਆਰਪੁਰ 'ਚ ਲੋਕਾਂ ਨੇ ਇਨੀਸ਼ੀਏਟਿਵ ਲਿਆ ਅੰਡਰਗਰਾਊਂਡ ਸੀਵਰੇਜ ਪਾਇਆ ਇਹ ਸਾਰਾ ਕੋਲੈਬੋਰੇਸ਼ਨ ਹੋਣੀ ਚਾਹੀਦੀ ਸੀ ਬਟ ਕਿਸੇ ਆਦਮੀ ਨੇ NRI ਭਾਈਚਾਰੇ ਨੂੰ ਜਿਹੜਾ ਘੱਟ ਤੋਂ ਘੱਟ ਸਾਡਾ 50 ਲੱਖ ਭਰਾ ਤੇ ਭੈਣ ਸਾਡੀ ਜਿਹੜੀ ਹੈ ਬਾਹਰਲੇ ਦੇਸ਼ਾਂ ਵਿੱਚ ਬੈਠੇ 50 ਲੱਖ ਐਂਡ ਉਹ 50 ਲੱਖ ਬੈਠਾ ਜੇ ਉਹ 50 ਲੱਖ ਨੂੰ ਅਸੀਂ ਆਪਣੇ ਸੂਬੇ ਵੱਲ ਧਿਆਨ ਕਰਾਈਏ ਜਿਹੜੀ ਉਹਨਾਂ ਦੀ ਮਾਤਰ ਭੂਮੀ ਹੈ ਜਿੱਥੋਂ ਉਹਨਾਂ ਦੇ ਪਿਤਾ ਉਹਨਾਂ ਦੇ ਮਾਤਾ ਉਹਨਾਂ ਦੀ ਮਿੱਟੀ ਦੇ ਨਾਲ ਉਹ ਜਿਹੜੇ ਜੁੜੇ ਨੇ ਇਹ ਮੈਂ ਸਮਝਣਾ ਸਾਰਿਆਂ ਨਾਲੋਂ ਵੱਡਾ ਫੇਲੀਅਰ ਅੱਜ ਦੀਆਂ ਸਾਰੀਆਂ ਸਰਕਾਰਾਂ ਦਾ ਰਿਹਾ ਅਸੀਂ ਐਜੂਕੇਸ਼ਨ
ਅਸੀਂ ਹੈਲਥ ਸਰਵਿਸਿਸ, ਅਸੀਂ ਪਿੰਡਾਂ ਦੀ ਬਿਹਤਰੀ ਵਾਸਤੇ ਜਿਹੜੇ ਆਪਣੇ ਬੱਚਿਆਂ ਦੀ ਪਲੇਗਰਾਊਂਡਸ ਨੇ, ਆਪਣੀ ਫਿਜ਼ੀਕਲ ਐਕਸਰਸਾਈਜ਼ਸ ਨੇ, ਜਿਮਸ ਨੇ, ਇਸ ਇਹ ਮੈਂ ਕਹਿੰਦਾ ਤਿੰਨ ਫੀਲਡਸ ਦੇ ਵਿੱਚ ਹੀ ਕੰਮ ਲੈ ਲੈਂਦੇ ਤੇ ਅੱਜ ਚਿਹਰਾ ਮੋਹਰਾ ਪੰਜਾਬ ਦਾ ਬਦਲਿਆ ਹੁੰਦਾ। ਜੀ 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 ਬਹੁਤ ਸੋਹਣਾ ਐਲੈਬੋਰੇਟ ਕੀਤਾ ਭਾਈ ਸਾਹਿਬ ਤੁਸੀਂ। ਮੈਨੂੰ ਮੌਕਾ ਮਿਲੇਗਾ, ਮੇਰੀ ਪਹਿਲੀ ਚੀਜ਼ ਹੈ ਕਿ ਅਸੀਂ NRIs ਭਰਾਵਾਂ ਦੀ ਇੱਕ ਬੜੀ ਐਕਟਿਵ ਸਪੋਰਟ ਲਵਾਂਗੇ। ਉਹਦੇ ਵਿੱਚ ਗਵਰਨਮੈਂਟ ਸ਼ੁੱਡ ਓਨਲੀ ਬਿਕਮ ਅ ਫੈਸਿਲੀਟੇਟਰ। ਗੁਲਾਲ ਜੀ, ਗਵਰਨਮੈਂਟ ਯਕੀਨ ਹੈ ਨਹੀਂ, ਸਾਰਿਆਂ ਨੂੰ ਬਦਕਿਸਮਤੀ ਦੀ ਗੱਲ ਹੈ, ਪੋਲੀਟੀਕਲ ਲੋਕਾਂ ਦੇ ਉੱਤੇ ਗਵਰਨਮੈਂਟ ਹੈਜ਼ ਫੇਲਡ ਦੀ ਪੀਪਲ। ਜੀ 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 ਗਵਰਨਮੈਂਟ ਸ਼ੁੱਡ ਓਨਲੀ ਬੀ ਅ ਫੈਸਿਲੀਟੇਟਰ। ਤੁਸੀਂ ਕਹੋ ਕਿ ਜੀ ਪਿੰਡ ਨੂੰ ਤੇ ਤੁਹਾਨੂੰ ਅਸੀਂ ਜੋੜਨੇ ਆ, ਤੁਸੀਂ ਜਾਣੋ ਤੇ ਪਿੰਡ ਵਾਲੇ ਜਾਣੋ, ਅਸੀਂ ਤੁਹਾਨੂੰ ਫੈਸਿਲੀਟੇਸ਼ਨ ਕਰਾਂਗੇ ਜੋ ਤੁਹਾਨੂੰ ਲੋੜ ਹੈ ਚਾਹੀਦਾ। ਹਾਂਜੀ ਹਾਂਜੀ ਹਾਂਜੀ, ਤੇ ਤੁਸੀਂ ਵੇਖੋ ਸ਼ਕਲ ਬਦਲ ਦਿੰਦੀ। ਜੀ 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 ਬਾਜਵਾ ਸਾਹਿਬ, ਆਪਣੇ ਕੋਲ ਟਾਈਮ ਬਹੁਤ ਥੋੜ੍ਹਾ, 4-5, ਅਤੇ ਮੈਂ ਸਿਰਫ ਸਮਰਾਈਜ਼ ਕਰਕੇ 3 ਕੁਐਸਚਨ ਪੁੱਛੂੰਗਾ। ਫਸਟ, ਕਿਸਾਨ ਅੰਦੋਲਨ। ਸਰ, ਬਹੁਤ ਟਾਈਮ ਹੋ ਗਿਆ ਬਾਜਵਾ ਸਾਹਿਬ, 100 ਦਿਨਾਂ ਤੋਂ ਉੱਪਰ, 250 ਤੋਂ ਉੱਪਰ ਲੋਕ ਸ਼ਹੀਦੀਆਂ ਪ੍ਰਾਪਤ ਕਰ ਚੁੱਕੇ ਨੇ, ਮੈਂ ਸ਼ਹੀਦੀ ਕਹਾਂਗੇ। ਕੋਈ ਤੁਸੀਂ ਦਿੱਲੀ ਬੈਠੇ ਹੋ, ਬਹੁਤ ਸੀਨੀਅਰ ਲੀਡਰਸ਼ਿਪ ਬੈਠੀ ਹੈ, ਜੇ ਆਪਾਂ ਪਾਰਟੀਬਾਜ਼ੀ ਨੂੰ ਛੱਡ ਦਈਏ ਤਾਂ, ਕਿਸੇ ਨੂੰ ਵੀ ਮੈਂ ਨਾਂ ਨਹੀਂ ਲਊਂਗਾ, ਤੁਸੀਂ ਮੇਰੇ ਤੋਂ ਜ਼ਿਆਦਾ ਬੈਠ, ਕੋਈ ਵਿੱਚ ਪੈ ਕੇ, ਕੋਈ ਇਹ ਨਹੀਂ ਕਿ ਤਿੰਨਾਂ ਜਿਹੜੇ 3 ਕਾਨੂੰਨ ਨੇ ਉਹਨਾਂ ਨੂੰ ਆਪਾਂ ਹੋਲਡ 'ਤੇ ਪਾ ਦਈਏ ਜਿੰਨੇ ਚਿਰ ਮੋਦੀ ਸਾਹਿਬ ਦੀ ਸਰਕਾਰ ਦਾ ਟੈਨਿਊਰ ਆ, ਅਤੇ ਉਹ ਇਹ ਕਹਿ ਦੇਣਗੇ ਕਿਸਾਨ ਜਦੋਂ ਤੱਕ ਸਹਿਮਤ ਨਹੀਂ ਹੁੰਦੇ ਲਾਗੂ ਨਹੀਂ ਹੋਣਗੇ, ਅਤੇ ਉੱਤੋਂ ਉਹ ਆਪਾਂ ਆਪਦੇ ਘਰ ਚਲ ਜਾਣ। ਨੰਬਰ 1, ਨੰਬਰ 2, ਤੁਹਾਨੂੰ ਨਹੀਂ ਲੱਗਦਾ ਕਿ ਇਹ ਜਿਹੜਾ ਕਿਸਾਨ ਅੰਦੋਲਨ ਦੇ ਵਿੱਚ ਜਿਹੜੀ ਦੇਸ਼ ਦੀ ਏਕਤਾ, ਅਖੰਡਤਾ ਅਤੇ ਬਾਹਰ ਸਾਖ, ਉਹਨੂੰ ਵੀ ਥੋੜ੍ਹਾ ਧੱਬਾ ਲੱਗ ਰਿਹਾ, ਜੋ 26 ਜਨਵਰੀ ਨੂੰ ਹੋਇਆ, ਅਸੀਂ ਇਸ ਮੰਚ ਤੋਂ ਕਿਹਾ ਸੀ ਕਿ ਅਸੀਂ ਕੰਡੈਮ ਕਰਦੇ ਹਾਂ, ਸਾਡਾ ਭਾਰਤ ਦੇਸ਼ ਮਹਾਨ ਆ, ਅਸੀਂ ਉਹ ਜੇ ਕੋਈ ਬਾਹਰ ਗੱਲ ਕਰਦਾ ਅਸੀਂ ਰੋਕਦੇ ਕਿ ਅਸੀਂ ਇੰਟਰਨਲੀ ਆਪੇ ਸੈੱਟ ਕਰਾਂਗੇ, ਪਰ ਹੁਣ ਟਾਈਮ ਜ਼ਿਆਦਾ ਲੱਗਦਾ ਤੁਹਾਨੂੰ, ਕਿ ਸਮਰਾਈਜ਼ ਕਰੋ 1 ਮਿੰਟ ਦੇ ਵਿੱਚ ਕੀ ਸਲਿਊਸ਼ਨ ਨਿਕਲ ਸਕਦਾ, ਜਿੰਨਾ ਇੱਜ਼ਤ ਵੀ ਬਚੀ ਰਹੇ, ਸਾਡੀ ਸ਼ਾਨ ਵੀ ਬਚੀ ਰਹੇ, ਅਤੇ ਕਿਸਾਨ ਭਰਾ ਵੀ ਥੋੜ੍ਹੇ ਸੌਖੇ ਹੋਏ ਘਰਾਂ ਜਾਣ। ਦੇਖੋ ਗੁਰਲਾਲ ਜੀ, ਇੱਕ ਚੀਜ਼ ਕਲੀਅਰ ਹੈ, ਗਵਰਨਮੈਂਟ ਆਫ ਇੰਡੀਆ ਨੇ ਕਿਸਾਨ ਜਥੇਬੰਦੀਆਂ ਨੂੰ ਇਹ ਗੱਲ ਕਹੀ ਸੀ ਕਿ ਅਸੀਂ 18 ਮਹੀਨਿਆਂ ਤੱਕ ਇਹ ਕਾਨੂੰਨ ਔਨ ਹੋਲਡ ਕਰ ਲਏ। ਜੀ ਜੀ, ਮੈਂ ਆਪਣੀ ਪਾਰਲੀਮੈਂਟ ਸਪੀਚ, ਮੇਰਾ ਕੱਲ੍ਹ ਤੁਸੀਂ ਸਾਰਿਆਂ ਨੇ ਵੇਖੀ ਹੋਏਗੀ, ਬਿਲਕੁਲ ਦੇਖੀ, ਮੋਦੀ ਸਾਹਿਬ, ਮੈਂ ਕਿਹਾ ਸੀ ਮੋਦੀ ਸਾਹਿਬ ਤੁਹਾਡੇ ਕੋਲ ਸਰਦਾਰ ਪਟੇਲ ਬਣਨ ਦਾ ਮੌਕਾ, ਆਓ ਮੈਂ ਚੱਲਣਾ ਬਾਰਡਰ ਤੁਹਾਨੂੰ ਨਾਲ ਲੈ ਕੇ, ਤੁਸੀਂ ਕਿਸਾਨ ਭਰਾਵਾਂ ਨੂੰ ਕਹੋ ਕਿ ਅਸੀਂ ਤੁਹਾਡੀ ਬਿਹਤਰੀ ਵਾਸਤੇ ਕਾਨੂੰਨ ਲਿਆਇਆ ਸੀ, ਜੇ ਤੁਹਾਡੀ ਨਹੀਂ ਤਸੱਲੀ ਮੈਂ ਵਾਪਸ ਲੈ ਲਈ। ਹਾਂਜੀ, ਮੈਂ ਪ੍ਰਪੋਜ਼ ਮੋਦੀ ਸਾਹਿਬ ਨੂੰ ਇਹ ਦਿੱਤੀ ਸੀ ਕਿ 18 ਮਹੀਨੇ ਜਿੱਥੇ ਤੁਸੀਂ ਕਹਿੰਦੇ ਅਸੀਂ ਰਾਖਵੇ ਰੱਖਣੇ, ਤੁਸੀਂ 18 ਮਹੀਨਿਆਂ ਵਾਸਤੇ ਵਾਪਸ ਲੈ ਲਓ, ਜੀ ਤੁਹਾਡਾ ਫੇਸੇਵਰ ਵੀ ਹੋ ਜੇ, ਇਹਨਾਂ ਦਾ ਵੀ ਹੋ ਜੇ, ਤੇ ਤੁਸੀਂ ਨਵੇਂ ਕਾਨੂੰਨ, ਹਾਂਜੀ, ਨਵੇਂ ਇਨ ਕੰਸਲਟੇਸ਼ਨ ਵਿਦ ਸਟੇਕ ਹੋਲਡਰਸ, ਰਾਈਟ 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 ਜੀ, ਸਾਡੇ ਐਗਰੀਕਲਚਰ ਸੂਬੇ ਹੈ ਨੇ ਇੰਪੋਰਟੈਂਟ, ਉਹਦੇ ਚੀਫ ਮਿਨਿਸਟਰ, ਉਹਦੇ ਮੈਂਬਰਸ ਆਫ ਪਾਰਲੀਮੈਂਟ, ਜੀ ਉਹਨਾਂ ਦੀਆਂ ਕਿਸਾਨ ਜਥੇਬੰਦੀਆਂ, ਉੱਥੋਂ ਦੇ ਐਗਰੀਕਲਚਰ ਸਾਇੰਟਿਸਟ, ਜੀ 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 ਜੀ, ਕੀ ਕੀ ਨਵੀਂ ਤਰਮੀਮ ਦੀ ਲੋੜ ਹੈ ਜਿਹਦੇ ਵਿੱਚ ਸੂਬਿਆਂ ਦਾ, ਕਿਉਂਕਿ ਇਹ ਸਟੇਟ ਸਬਜੈਕਟ ਹੈ ਐਗਰੀਕਲਚਰ, ਜੀ ਸੈਂਟਰਲ ਗਵਰਨਮੈਂਟ ਨੇ ਜਿਹੜਾ ਸਾਡਾ ਫੈਡਰਲ ਸਟਰਕਚਰ ਹੈ ਉਹਦੇ ਤੇ ਬੇਸਿਕਲੀ ਟਿੰਕਰ ਕੀਤਾ ਅਕੋਰਡਿੰਗ ਟੂ ਦੀ ਕੰਸਟੀਟਿਊਸ਼ਨ, ਜਿਹੜਾ ਇਹ ਨਹੀਂ ਸੀ ਕਰ ਸਕਦੇ, ਬਟ ਮੈਂ ਸਮਝਣਾ ਉਹਦੇ ਵਿੱਚ ਨਾ ਜਾਂਦੇ ਹੋਏ ਕਿਸਾਨ ਜਥੇਬੰਦੀਆਂ ਨੂੰ ਵੀ ਸੋਚਣਾ ਵਿਚਾਰਨਾ ਪਏਗਾ, ਕਿਉਂਕਿ ਕਿਸਾਨ ਜਥੇਬੰਦੀਆਂ ਨੇ ਸਾਨੂੰ ਰੋਕ ਲਾ ਦਿੱਤੀ ਕਿ ਕੋਈ ਪੋਲੀਟੀਸ਼ੀਅਨ ਤੇ ਕੋਈ ਪੋਲੀਟੀਕਲ ਪਾਰਟੀ ਸਾਡੇ ਇਸ ਕੰਮ 'ਚ ਦਖਲ ਅੰਦਾਜ਼ੀ ਨਾ ਦੇ। ਜੀ ਜੀ, ਜਿਹੜਾ ਤੁਸੀਂ ਸਾਡਾ ਸਵਾਲ ਕੀਤਾ, ਮੈਂ ਇਹ ਗੱਲ ਮੰਨਦਾ ਸੀ ਕਿ ਕਿਸਾਨ ਜਥੇਬੰਦੀਆਂ ਨੂੰ ਪੰਜਾਬ ਦੇ ਪੋਲੀਟੀਸ਼ੀਅਨਸ ਤੇ ਪੰਜਾਬ ਪੋਲੀਟੀਕਲ ਪਾਰਟੀਆਂ, ਕਿਉਂਕਿ ਸਾਰੇ ਹੀ ਇੱਕੋ ਮਿੱਟੀ ਦੇ ਜੰਮੇ ਆ ਜੀ, ਸਾਰਿਆਂ ਦੇ ਇੰਟਰਸਟ ਸਾਂਝਾ, ਜੇ ਅਸੀਂ ਆਪਸ ਦੇ ਵਿੱਚ ਹੀ ਇੰਨੇ ਇੰਨੇ ਪਾੜ ਪਾੜੇ ਤਾਂ ਫਿਰ ਇਹ ਕੰਮ ਸਿਰੇ ਕਿਸ ਤਰ੍ਹਾਂ ਚੜੇਗਾ। ਉਹੀ ਤਾਂ, ਬਟ ਅੱਜ ਤੱਕ ਉਹਨਾਂ ਨੇ ਅਲਾਓ ਨਹੀਂ ਕੀਤਾ ਪੋਲੀਟੀਸ਼ੀਅਨਸ ਨੂੰ, ਜੇ ਅਲਾਓ ਕਰਦੇ ਤਾਂ ਮੇਰਾ ਖਿਆਲ ਨੇਪਰੇ ਕਿਸੇ ਨਾ ਕਿਸੇ ਬੰਨੇ ਲੱਗ ਸਕਦਾ ਸੀ। ਮੈਂ ਉਹਨਾਂ ਨੂੰ ਕਹੂੰਗਾ ਤੁਸੀਂ ਨਾਮ ਹੀ ਸਾਡੀ ਸਰਵਿਸਿਜ਼ ਲੈਂਦੇ ਹੋਏ, ਗਵਰਨਮੈਂਟ ਨਾਲ ਨਵੇਂ ਸਿਰੋਂ ਗੱਲਬਾਤ ਸ਼ੁਰੂ ਕਰੋ, ਜਿਹੜੀ ਗੱਲਬਾਤ 22 ਜਨਵਰੀ ਦੀ ਬੰਦ ਹੋ ਚੁੱਕੀ ਹੈ, ਗਵਰਨਮੈਂਟ ਨੂੰ ਵੀ ਅੱਜ ਅਸੀਂ ਇਸ ਤੋਂ ਬਾਅਦ ਡਾਇਰੈਕਟਲੀ ਤੁਹਾਡੀ ਇੰਟਰਵਿਊ ਤੋਂ ਬਾਅਦ ਮੈਂ ਪਾਰਲੀਮੈਂਟ 'ਚ ਹੀ ਜਾ ਰਿਹਾ, ਅਸੀਂ ਉਸੇ ਮੁੱਦੇ ਤੇ ਕਹਿ ਰਹੇ ਹਾਂ ਕਿ ਤੁਸੀਂ ਨੈਗੋਸੀਏਸ਼ਨ ਸ਼ੁਰੂ ਕਰੋ ਕਿਸਾਨ ਜਥੇਬੰਦੀਆਂ ਨੂੰ, ਤੇ ਕਿਸਾਨ ਜਥੇਬੰਦੀਆਂ ਨੂੰ ਮੈਂ ਗੁਜ਼ਾਰਿਸ਼ ਕਰਾਂਗਾ ਥੋੜ੍ਹਾ ਜਿਹਾ ਫਲੈਕਸੀਬਿਲਟੀ ਵਰਤੋ, ਸੋ ਦੈਟ ਫੇਵਰ ਇਹਨਾਂ ਨੂੰ ਵੀ ਦੇ ਦਿਓ, ਤੇ ਤੁਸੀਂ ਵੀ ਆਪਾਂ ਪਹਿਲੇ ਲੱਖਾਂ ਦੇ ਵਿੱਚ ਜਿਹੜੇ ਕਿਸਾਨ ਆਏ ਨੇ ਉਹ ਵਾਪਸ ਜਾ ਸਕਣ। ਇਹ ਗੱਲ ਠੀਕ ਹੈ ਕਿ ਗਵਰਨਮੈਂਟ ਨੂੰ ਅਸੀਂ ਸੈਂਟਰ ਨੂੰ ਕਹਿ ਰਹੇ ਹਾਂ ਕਿ ਜਿੰਨਾ ਚਿਰ ਮੇਜਰ ਐਗਰੀਕਲਚਰ ਸਟੇਟਸ ਦੇ ਨਾਲ ਤੁਸੀਂ ਗੱਲਬਾਤ ਨਹੀਂ ਕਰ ਲੈਂਦੇ, ਇਹਨੂੰ ਲਾਗੂ ਨਾ ਕਰੋ, ਇਹਨਾਂ ਨੂੰ ਅਜੇ ਰਾਖਵਾਂ ਕਰ ਲਓ। ਜੀ ਜੀ, ਇਹੀ ਸਾਡੀ ਪ੍ਰਪੋਜ਼ਲ ਹੈ, ਬੋਥ ਦੀ ਸਾਈਡਸ, ਦੇਖੋ ਦੋਨੋਂ ਹੱਥਾਂ ਨਾਲ ਤਾੜੀ ਵੱਜੇਗੀ, ਇੱਕ ਨਾ ਨਹੀਂ ਵੱਜੇਗੀ। ਠੀਕ ਹੈ, ਬਹੁਤ ਵਧੀਆ ਬਾਜਵਾ ਸਾਹਿਬ। ਹਾਂਜੀ ਹਾਂਜੀ, ਅਗਲਾ ਕੁਐਸਚਨ ਹੈ, ਸਿਰਫ ਤੁਹਾਡਾ ਟਾਈਮਿੰਗ ਦੇਖ ਕੇ ਮੈਂ ਫਾਸਟ ਚੱਲ ਰਿਹਾ, 2 ਕੁਐਸਚਨ ਹੈ ਬਰੀਫਲੀ। ਇੱਕ ਤਾਂ NRI ਜੋ ਇੱਥੇ, ਜਿੱਦਾਂ ਤੁਹਾਡੇ ਕੋਲ ਜਿੰਨੀ ਸੀਨੀਓਰਟੀ ਆ, ਹੋਰ
बड़े तुहाडी ही पार्टी दे विच बहुत ही पंजाब की गल कर रहा मैं लीडर नहीं है जिन जिन्हें लीडर है जिन्हें ते कोई दाग नहीं है सरदार नवजोत सिंह सिद्धू लै लो या प्रगट सिंह लै लो जिन्हें फैन फॉलोइंग बहुत है कि तुहानूं लगता कि इन्हां लोकां नूं भी मोहरे आके कोई वड्डा मौका दिता जाना चाहिए ताकि पार्टी ते प्रदेश दोनों का भला हो सके। नहीं 100% मैं समझना नवजोत नूं ते सा प्रगट सिंह नूं पार्टी नूं हुण तक मौका दे देना चाहिए सी। जी 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 चंगे चेहरे जिहड़े ने जिहड़े लोकप्रिय चेहरे ने जिन्हां नूं लोक इज्जत मान देंदे ने उन्हां दी यूटिलिटी करनी चाहीदी। इह असैट ने पार्टी वास्ते शहर गुरदासपुर की कारण है कि हर वारी बाहरला बंदा आके उत्थों इलेक्शन जित जांदा या जिताया दिता जांदा है ये अनफेयर नहीं है उतों के जोड़े लोकल्स ने लीडर्स ने चाहे किसी पार्टी का ला लो कांग्रेस का या भारतीय जनता पार्टी का बहरला आके उतों जित जाता तो जोड़े लोकल्स वर्कर ने तुम तो हम बहुत अगे सीनियर हो चुके हो जो मौका लगे तो देना भी चाहिए उदू बाद नहीं तो कोल भी कोई मुंडा होगा या कुड़ी होगी जो कांग्रेस या बहुत चिर तो कोल काम कर रहा जो गुरदासपुर बिलोंग करता या उस कॉन्स्टिट्यूएंसी नूं इह क्यों हुंदा कि गुरदासपुर सीट नूं बाहरला आके जित के वापस नहीं आंदा। इह बेसिकली मैं समझना बड़ी वड्डी बदकिस्मती है कि साडे वोटर नूं बहुत सियाणे होण दी लोड़ है। जी जी इह बाहर लोक आंदे ने तुहानूं बेवकूफ बना के चले जांदे पंज पंज साल फिर लभदे नहीं। पहले विनोद खन्ना जी भी यही काम करदे उही सनी देओल ने की जी इक टाई ला के फिल्मी डायलॉग मार के वोटां लै के गां गया जी ना हाथ लभे ना नलका लभे जिहड़े नलके की गल करते कि मैं एक हाथ के नाल ही नलका पुट लेना पुट के लै गए नलका तुसी वेखो इस टाइम सारा पंजाब एड्डी वड्डी त्रासदी च कोई तुसी सनी देओल का या उन्होंने परिवार का कोई विचार सुनिया को किसानों के हक इस तो वड्डी होर बदकिस्मती की हो सकती वोटरां नूं खुद समझण की लोड़ है जदों साडे को अपने लोग है ने जिन्हां का घर होते है ਜਿਹੜੇ ਸੌਖੇ ਤੁਹਾਨੂੰ ਮਿਲ ਸਕਦੇ ਤੁਹਾਡੀ ਪ੍ਰੋਬਲਮਸ ਨੂੰ ਜਾਣਕਾਰੀ ਰੱਖਦੇ ਫਿਰ ਵੀ ਤੁਸੀਂ ਆ ਨੱਚਣ ਵਾਲੇ ਗਾਉਣ ਵਾਲੇ 3000 ਕਿਲੋਮੀਟਰ ਦੂਰੋਂ ਲਿਆ ਕੇ ਵੋਟਾਂ ਪਾਉਂਦੇ ਹੋ ਤੇ ਮਗਰੋਂ 5 ਸਾਲ ਰੁਕੇ ਰਹਿੰਦੇ ਹੋ ਇਹਦਾ ਮੈਂ ਤਾਂ ਸਮਝਣਾ ਕਿ ਇਹ ਲੋਕਾਂ ਨੂੰ ਖੁਦ ਵਿਚਾਰਨ ਦੀ ਲੋੜ ਹੈ। ਜੀ 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 ਬਾਈਓ ਸਾਹਿਬ ਮੇਰੇ ਕੋਲ ਨਾ ਕੁਐਸਚਨ ਬਹੁਤ ਸੀਗੇ ਆਪਾਂ ਫਿਰ ਕਿਸੇ ਦਿਨ ਜ਼ਰੂਰ ਤੁਹਾਨੂੰ ਲਵਾਂਗੇ ਤੁਹਾਨੂੰ ਤੁਸੀਂ ਜਾਣਾ ਹੈ ਅਖੀਰ ਦੇ ਵਿੱਚ ਤੁਸੀਂ ਸਾਡੇ ਇੱਥੇ ਬਾਹਰ ਰਹਿੰਦੇ ਭੈਣ ਭਰਾਵਾਂ ਨੂੰ ਕੁਝ ਆਪਦੇ ਵੱਲੋਂ ਕੁਝ ਕਹਿਣਾ ਚਾਹੋ ਤਾਂ ਦੇਖੋ ਸਾਰਿਆਂ ਨੂੰ ਪਹਿਲੇ ਤਾਂ ਗੁਰਲਾਲ ਜੀ ਮੈਂ ਗੁਰੂ ਮਹਾਰਾਜ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਨਾ ਕਿ ਹਮੇਸ਼ਾ ਚੜ੍ਹਦੀ ਕਲਾ ਵਿੱਚ ਸਾਡੇ NRI ਵੀਰ ਭੈਣਾਂ ਅਤੇ ਬੱਚੇ ਨੇ ਬਹੁਤ ਵੱਡੀ ਮਦਦ ਸਾਡੇ ਸਾਨੂੰ ਬਹੁਤ ਮਾਣ ਹੈ ਕੈਨੇਡਾ 'ਚ ਵੇਖੋ 18-20 ਸਾਡੇ ਪੰਜਾਬੀ ਭਰਾ ਜਿਹੜੇ ਨੇ ਭੈਣਾਂ ਸਾਡੀਆਂ ਜਿਹੜੀਆਂ ਪਾਰਲੀਮੈਂਟ 'ਚ ਪਹੁੰਚ ਗਏ ਉਨੀਆਂ ਪੰਜਾਬ 'ਚੋਂ ਉਨੀ ਤੁਹਾਡੇ ਆਪਣੇ ਮੁਲਕ ਦੇ ਆਪਣੇ ਸੂਬੇ 'ਚੋਂ ਮੈਂਬਰਸ ਆਫ ਪਾਰਲੀਮੈਂਟ ਨਹੀਂ ਪਹੁੰਚ ਪਾਉਂਦੇ ਜਿਹਨੇ ਕੈਨੇਡਾ ਨੇ ਵਿਚਾਰ ਹਾਂਜੀ ਫਿਰ ਮੈਂਬਰਸ ਆਫ ਪਾਰਲੀਮੈਂਟ ਹੀ ਨਹੀਂ ਬਣਾਏ 4 ਵਿੱਚ ਬੜੇ ਇੰਪੋਰਟੈਂਟ ਮਿਨਿਸਟਰ ਜੀ 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 ਅਮਰੀਕਾ ਦੇ ਵਿੱਚ ਵੀ ਐਸਾ ਐਸਾ ਹਿੰਦੁਸਤਾਨ ਦੀ ਹਾਂਜੀ ਰੀਸੈਂਟ ਬਾਈਡਨ ਦੀ ਆਪਣੀ ਐਡਮਿਨਿਸਟ੍ਰੇਸ਼ਨ ਦੇ ਕੋਲ 150 ਇੰਡੀਅਨ ਓਰੀਜਨ ਦਾ ਆਦਮੀ ਜਿਹਦੇ ਵਿੱਚ ਚੰਦ ਪੰਜਾਬੀ ਵੀ ਨੇ ਬਟ ਇੰਡੀਅਨ ਓਰੀਜਨ ਦਾ 150 ਆਦਮੀ ਹੈ ਇਸ ਤਰ੍ਹਾਂ ਹੀ ਈਸਟਰਨ ਸੋਰੀ ਯੂਰਪੀਅਨ ਯੂਨੀਅਨ ਦੇ ਵਿੱਚ ਇੰਗਲੈਂਡ ਦੇ ਵਿੱਚ ਸਾਡੇ ਆਪਣੇ MP ਨੇ ਆਸਟ੍ਰੇਲੀਆ 'ਚ ਨਿਊਜ਼ੀਲੈਂਡ ਪਿੱਛੇ ਮੈਂ ਪ੍ਰੈਜੀਡੈਂਟ ਆਫ ਇੰਡੀਆ ਦੇ ਨਾਲ ਪ੍ਰਣਬ ਮੁਖਰਜੀ ਸਾਹਿਬ ਨਾਲ ਨਿਊਜ਼ੀਲੈਂਡ ਜਾਣ ਦਾ ਮੌਕਾ ਮਿਲਿਆ ਤਾਂ 4 ਮੈਂਬਰਸ ਆਫ ਪਾਰਲੀਮੈਂਟ ਪੰਜਾਬੀ ਓਰੀਜਨ ਹਾਂਜੀ ਇੱਕ ਸਾਡੇ ਪੱਕੀ ਨੇ ਜਿਹੜੇ 4 ਵਾਰ MP ਬਣ ਚੁੱਕੇ ਨੇ ਪੱਗ ਪਾ ਕੇ ਰੱਖਦੇ ਨੇ ਕਿੰਨੇ ਮਾਣ ਵਾਲੀ ਗੱਲ ਜਦੋਂ ਵੀ ਪੰਜਾਬ ਨੂੰ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਸਾਰਿਆਂ ਨੂੰ ਪਹਿਲੇ NRI ਭਰਾ ਭੈਣਾਂ ਬੱਚੇ ਸਾਡੇ ਪੰਜਾਬੀਆਂ ਨੂੰ ਵੱਧ ਜਿਹੜੇ ਦੇਸ਼ 'ਚ ਰਹਿੰਦੇ ਉਹਨਾਂ ਨੂੰ ਵੱਧ ਅੱਗੇ ਹੋ ਕੇ ਸਾਡੀ ਮਦਦ ਕਰਨ ਨੂੰ ਤਿਆਰ ਹੁੰਦੇ। ਸੋ ਮੈਂ ਤੇ ਇਹੀ ਚਾਹਾਂਗਾ ਕਿ ਹਮੇਸ਼ਾ ਆਸ਼ੀਰਵਾਦ ਭਰਿਆ ਹੱਥ ਗੁਰੂ ਮਹਾਰਾਜ ਸਾਹਿਬ ਦਾ ਤੁਹਾਡੇ ਸਿਰ ਤੇ ਰਹੇ ਤੁਸੀਂ ਵੱਧਦੇ ਫੁੱਲਦੇ ਰਹੋ ਤੁਹਾਡੀਆਂ ਹਮੇਸ਼ਾ ਮਿੱਠੀਆਂ ਜਿਹੜੀਆਂ ਠੰਡੀਆਂ ਹਵਾਵਾਂ ਨੇ ਹਮੇਸ਼ਾ ਪੰਜਾਬ ਪ੍ਰਤੀ ਰਹਿਣ ਤੁਹਾਡਾ ਹਮੇਸ਼ਾ ਪਿਆਰ ਆਪਣੀ ਮਿੱਟੀ ਨਾਲ ਬਣਿਆ ਰਹੇ ਤੇ ਮੇਰਾ ਤਾਂ ਬਸ ਇਹੀ ਇੱਕ ਹੈ ਤੇ ਤੁਸੀਂ ਕੋਈ ਵਕਤ ਆਏਗਾ ਮੈਂ ਸਮਝਣਾ ਕੋਈ ਇਹੋ ਜਿਹਾ ਲੀਡਰ ਪੰਜਾਬ ਦੇ ਵਿੱਚੋਂ ਇੱਕ ਇਹੋ ਜਿਹਾ ਰਾਸਤਾ ਕਾਇਮ ਕਰੇਗਾ ਜਿਸ ਤਰ੍ਹਾਂ ਤੁਸੀਂ ਵੇਖੋ ਇਸ ਟਾਈਮ ਜਿਊਜ਼ ਨੇ ਕੀਤਾ ਵਰਲਡ ਓਵਰ ਜਿੰਨੇ ਜਿਊਜ਼ ਬੈਠੇ ਨੇ ਉਹਨਾਂ ਨੇ ਇਜ਼ਰਾਈਲ ਦੀ ਤਰੱਕੀ ਵਿੱਚ ਇੱਕ ਨਵਾਂ ਰੋਲ ਅਦਾ ਕੀਤਾ
ਜੀ ਇਸ ਤਰ੍ਹਾਂ ਹੀ ਪੰਜਾਬੀ ਦੁਨੀਆ ਭਰ ਦੇ ਵਿੱਚ ਪੰਜਾਬ ਨੂੰ ਇੱਕ ਸੋਨੇ ਦੀ ਚਿੜੀਆ ਬਣਾਉਣ ਦੇ ਵਿੱਚ ਅਹਿਮ ਰੋਲ ਅਦਾ ਕਰ ਸਕਦਾ। ਕਿੰਨੇ ਕਾਬਲ, ਕਿੰਨੇ ਲਾਇਕ ਨੇ? ਸੈਨ ਹੌਜ਼ੇ ਦੀ ਤੁਸੀਂ ਗੱਲ ਕਰਦੇ ਹੋ, ਆਈ ਟੀ ਦੇ ਵਿੱਚ ਕਿੰਨੇ ਸਾਡੇ ਪੰਜਾਬੀ ਭਰਾ ਬੈਠੇ ਨੇ ਜਿਹੜੇ ਆਈ ਟੀ ਦੀਆਂ ਨਵੀਆਂ ਆਪਣੀਆਂ ਸਾਰੀਆਂ ਕੰਸਰਨ ਮੋਹਾਲੀ ਲੈ ਕੇ ਜਾ ਸਕਦੇ, ਅੰਮ੍ਰਿਤਸਰ ਜਾ ਸਕਦੀਆਂ, ਇਹ ਹੱਬ ਲੁਧਿਆਣੇ ਬਣ ਸਕਦੇ ਨੇ, ਮਾਲਵੇ ਚ, ਦੁਆਬੇ ਵਿੱਚ, ਮਾਝੇ ਵਿੱਚ ਬਣ ਸਕਦੇ ਨੇ। ਜੇ ਅਸੀਂ ਹੈਦਰਾਬਾਦ ਨੂੰ ਐਡਾ ਵੱਡਾ ਹੱਬ ਬਣਾ ਸਕਦੇ ਹਾਂ, ਬੈਂਗਲੁਰੂ ਨੂੰ ਬਣਾ ਸਕਦੇ ਹਾਂ, ਚੇਨਈ ਨੂੰ ਬਣਾ ਸਕਦੇ ਹਾਂ, ਕਲਕੱਤੇ ਨੂੰ ਬਣਾ ਸਕਦੇ ਹਾਂ, ਗੜਗਾਓਂ ਨੂੰ ਬਣਾ ਸਕਦੇ ਹਾਂ, ਪੰਜਾਬ ਚ ਕੀ ਕਮੀ? ਬਟ ਇੱਕੋ ਗੱਲ ਸਿਟੀਟੇਟ ਨਹੀਂ ਕਰਦੇ, ਅਸੀਂ ਆਪਣੀਆਂ ਆਪਣੀਆਂ ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚ ਲੱਗੇ ਰਹਿੰਦੇ ਹਾਂ, ਵੱਡਾ ਟੀਚਾ ਛੱਡ ਦਿੰਦੇ। ਮੇਰੀ ਤੇ ਇੱਕੋ ਅਰਦਾਸ ਦੁਬਾਰਾ ਸਾਹਿਬ ਨੂੰ, ਕਿਰਪਾ ਪੰਜਾਬ ਤੇ ਕਰੋ, ਕੋਈ ਚੰਗਾ ਆਦਮੀ ਆ ਜਿਹੜਾ 24/7 ਆਪਣੇ ਲੋਕਾਂ ਦੀ ਬਿਹਤਰੀ ਵਾਸਤੇ ਅਵੇਲੇਬਲ ਰਹੇ, ਤੇ ਪੰਜਾਬ ਨੂੰ 10 ਸਾਲ ਇੱਕ ਚੰਗਾ ਚੀਫ ਮਿਨਿਸਟਰ ਮਿਲ ਜਾਏ, ਉਹਦਾ ਚਿਹਰਾ ਮੋਹਰਾ ਬਦਲ ਸਕਦਾ। ਮੈਂ ਤਾਂ ਇੰਨੀ ਗੱਲ ਕਹਿ ਸਕਦਾ। ਜੀ 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 ਬਾਜਵਾ ਸਾਹਿਬ, ਅੱਜ ਟਾਈਮ ਤੁਹਾਡੇ 'ਤੇ ਟਾਈਮ ਬਾਈਂਡਿੰਗ ਹੈ, ਤੁਸੀਂ ਪਾਰਲੀਮੈਂਟ ਪਹੁੰਚਣਾ ਆ। ਆਪਾਂ, ਮੇਰੇ ਕੋਲ ਬਹੁਤ ਕੁਐਸਚਨ ਨੇ, 2022 ਤੋਂ ਪਹਿਲਾਂ ਫੁੱਲ ਸੈਸ਼ਨ ਲਵਾਂਗੇ, ਚਾਹੇ ਆਪਾਂ ਸਟੂਡੀਓ 'ਚ ਲਾਈਏ। ਹਾਂਜੀ, ਅਤੇ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਲਈ ਟਾਈਮ ਕੱਢਿਆ। ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਜੀ। ਥੈਂਕ ਯੂ। ਇਹ ਸਨ ਸਰਦਾਰ ਪ੍ਰਤਾਪ ਸਿੰਘ ਬਾਜਵਾ। ਦਰਸ਼ਕੋ, ਸਾਡੇ ਲਈ ਇਹਨਾਂ ਨੇ ਟਾਈਮ ਕੱਢਿਆ, ਇਹਨਾਂ ਨੇ ਕੋਈ ਜ਼ਰੂਰੀ ਕੰਮ ਹੈ ਜਿੱਥੇ ਜਾਣਾ ਪਿਆ, ਅਦਰਵਾਈਜ਼ ਆਪਾਂ ਫੁੱਲ ਸੈਸ਼ਨ ਲਾਵਾਂਗੇ। ਆਪਾਂ ਲੈਂਦੇ ਇੱਕ ਛੋਟੀ ਜਿਹੀ ਬ੍ਰੇਕ, ਇਸੇ ਤਰ੍ਹਾਂ ਬਣੇ ਰਹੋ ਜਸ ਪੰਜਾਬੀ 'ਤੇ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੇਟਫਾਰਮ। ਮੈਂ ਤੁਹਾਡਾ ਗੁਰਲਾਲ ਹਾਜ਼ਰ ਹੁੰਦਾ ਤੁਹਾਡੇ ਰੂਬਰੂ ਟਿਊਜ਼ਡੇ, ਵੈਂਸਡੇ, ਥਰਸਡੇ ਸ਼ਾਮ ਨੂੰ 9 ਵਜੇ ਕੈਲੀਫੋਰਨੀਆ ਟਾਈਮ ਦੇ ਹਿਸਾਬ ਨਾਲ ਕੈਲੀਫੋਰਨੀਆ ਸਟੂਡੀਓ ਤੋਂ। ਆਪਣੇ ਨਾਲ ਜੁੜੇ ਸਨ ਰਾਜ ਸਭਾ ਮੈਂਬਰ ਸਰਦਾਰ ਪ੍ਰਤਾਪ ਸਿੰਘ ਬਾਜਵਾ, ਬੜੇ ਚੰਗੇ ਵਿਚਾਰ ਰੱਖੇ। ਉਹ ਫਿਰ ਕਿਸੇ ਦਿਨ ਜੁੜਨਗੇ ਆਪਣੇ ਨਾਲ, ਅਤੇ ਅੱਜ ਉਹਨਾਂ ਕੋਲ ਟਾਈਮ ਥੋੜ੍ਹਾ ਘੱਟ ਸੀਗਾ। ਦਰਸ਼ਕੋ, ਆਪਾਂ ਬੈਕ ਚੱਲਦੇ ਹਾਂ ਪੰਜਾਬ ਵਿਧਾਨ ਸਭਾ 'ਚ ਬਜਟ ਸੈਸ਼ਨ ਅਤੇ ਦੂਸਰਾ ਸੈਸ਼ਨ ਜੋ ਵੀ ਚੱਲ ਰਿਹਾ ਆ। ਸਰਦਾਰ ਮਨਪ੍ਰੀਤ ਸਿੰਘ ਬਾਦਲ ਨੇ ਵਧੀਆ ਬਜਟ ਪੇਸ਼ ਕੀਤਾ, ਕੁਛ ਕਮੀਆਂ ਪੇਸ਼ੀਆਂ ਹਰ ਚੀਜ਼ 'ਚ ਰਹਿ ਜਾਂਦੀਆਂ ਨੇ। ਸਰ ਤੋਂ ਜਿਹੜੀ ਵੱਡੀ ਗੱਲ ਲੱਗੀ ਕਿ ਉਹਨਾਂ ਨੇ ਪੂਰੀ ਲੇਡੀਜ਼ ਵਾਸਤੇ ਪੰਜਾਬ ਸਰਕਾਰੀ ਬੱਸਾਂ ਦੇ ਵਿੱਚ ਫਰੀ ਸਫ਼ਰ ਦਾ ਐਲਾਨ ਕਰ ਦਿੱਤਾ ਹੈ। ਉਸ ਤੋਂ ਬਾਅਦ ਜਿਹੜਾ ਐਲਾਨ ਕੀਤਾ, ਉਸ ਤੋਂ ਬਾਅਦ ਉਹਨਾਂ ਨੇ ਇੱਕ ਇਸ ਚੀਜ਼ ਦੇ ਨਾਲ ਕਰੀਬ 1,48,00,000 ਲੇਡੀਜ਼ ਜਿਹੜੀਆਂ ਨੇ ਫਰੀ ਸਫ਼ਰ ਕਰਿਆ ਕਰਨਗੀਆਂ। ਕੁਐਸਚਨ ਬੜੇ ਖੜ੍ਹੇ ਹੁੰਦੇ। ਉਸ ਤੋਂ ਬਾਅਦ ਉਹਨਾਂ ਨੇ ਆਹ ਜਿਹੜੀ ਬਜ਼ੁਰਗਾਂ ਦੀ ਪੈਨਸ਼ਨ ਹੈ ਜਿਹੜੀ 750 ਤੋਂ 1,500 ਰੁਪਇਆ ਮਹੀਨਾ ਕਰ ਦਿੱਤੀ ਹੈ। ਉਸ ਤੋਂ ਬਾਅਦ ਫਰੀਡਮ ਫਾਈਟਰ ਜਿਹੜੇ 7500 ਮਹੀਨਾ ਲੈਂਦੇ ਸੀ, ਉਹਨਾਂ ਨੂੰ 9400 ਦੇਣ ਦਾ ਵਾਅਦਾ ਕੀਤਾ ਆ। ਉਸ ਤੋਂ ਬਾਅਦ ਜਿਹੜੀਆਂ ਹੋਰ ਗੱਲਾਂ ਉਹਨਾਂ ਨੇ ਕੀਤੀਆਂ ਕਿ 24 ਘੰਟੇ ਦੁਕਾਨਾਂ ਜਿਹੜੀਆਂ ਖੁੱਲ੍ਹੀਆਂ ਰਹਿਣਗੀਆਂ, ਉਹਦੇ ਨਾਲ ਇੰਪਲੋਇਮੈਂਟ ਵਧੇਗੀ। ਆਈਡੀਆ ਚੰਗਾ ਦਰਸ਼ਕੋ, ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਕ ਬੰਦਾ ਕੰਮ ਕਰੂਗਾ, ਸ਼ਾਮ ਤੋਂ ਲੈ ਕੇ ਸਵੇਰ ਤੱਕ ਦੂਸਰਾ ਬੰਦਾ, ਇੰਪਲੋਇਮੈਂਟ ਵਧੂਗੀ ਤਾਂ ਕਿ ਲੋਕਾਂ ਨੂੰ ਨੌਕਰੀਆਂ ਮਿਲ ਸਕਣ। ਅਤੇ ਬਾਅਦ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ 1,712 ਕਰੋੜ ਰੁਪਇਆ ਰਾਖਵੇਂ ਰੱਖ ਲਏ ਗਏ ਨੇ ਗਰੀਬ ਕਿਸਾਨ ਅਤੇ ਮਜ਼ਦੂਰ ਦਾ ਕਰਜ਼ਾ ਲਾਉਣ ਲਈ। ਹੁਣ ਇਹ ਸਾਰੇ ਐਪੀਸੋਡ ਦੇ ਵਿੱਚ 3 ਕੁਐਸਚਨ ਖੜ੍ਹੇ ਹੁੰਦੇ ਨੇ ਦਰਸ਼ਕੋ, ਤੁਸੀਂ ਫੋਨ ਕਰਕੇ ਆਪਦੇ ਵਿਚਾਰ ਸਾਂਝੇ ਕਰ ਸਕਦੇ ਹੋ। ਇੱਕ ਕੁਐਸਚਨ ਇਹ ਹੁੰਦਾ ਕਿ ਜਿਹੜੇ ਲੇਡੀਜ਼ ਵਾਸਤੇ ਪੂਰਾ ਜਿਹੜਾ ਕਿਰਾਇਆ ਹੈ ਉਹ ਖਤਮ ਕਰ ਦਿੱਤਾ ਗਿਆ। ਮੇਰਾ ਵਿਚਾਰ ਇਹ ਹੈ ਕਿ ਜੇ ਉਹ ਅੱਧਾ ਕਿਰਾਇਆ ਰੱਖ ਲੈਂਦੇ ਤਾਂ ਬਾਕੀ ਦਾ ਅੱਧਾ ਜਿਹੜਾ ਪੈਸਾ ਗੌਰਮੈਂਟ, ਉਹ ਜਿਹੜੀ ਗਰੀਬ ਸਾਡੀਆਂ ਭੈਣਾਂ ਆ ਸਕੂਲ ਨਹੀਂ ਜਾ ਸਕਦੀਆਂ, ਉਹਨਾਂ ਦੀ ਐਜੂਕੇਸ਼ਨ ਜਾਂ ਉਹਨਾਂ ਦੀ ਸੇਫਟੀ ਸਿਕਿਉਰਿਟੀ ਲਈ ਰੱਖ ਲਿਆ ਜਾਂਦਾ, ਇਹ ਬੈਟਰ ਨਾ ਹੁੰਦਾ? ਦੂਸਰਾ, ਜਿਹੜੀਆਂ ਛੂਟਾਂ ਦਿੱਤੀਆਂ ਗਈਆਂ ਹੁਣ ਆਹ ਬਜਟ ਦੇ ਵਿੱਚ, ਇਹਨਾਂ ਚੀਜ਼ਾਂ ਸੋਹਣੀਆਂ ਚੀਜ਼ਾਂ ਕੀਤੀਆਂ ਗਈਆਂ, ਇਹ ਬੈਟਰ ਨਾ ਹੁੰਦਾ ਕਿ ਇਹ ਸਰਕਾਰ ਦੇ ਪਹਿਲੇ ਸਾਲਾਂ ਦੇ ਵਿੱਚ ਇਹ ਸਭ ਕੁਝ ਕਰ ਲਿਆ ਜਾਂਦਾ, ਅਖੀਰਲੇ ਸਾਲ ਦੇ ਵਿੱਚ ਇਹ ਥੋੜ੍ਹਾ ਜਿਹਾ ਚੁਣਾਵੀ ਬਲਬਲਾ ਜਿਹਾ ਲੱਗਦਾ ਹੈ? ਤੁਸੀਂ ਆਪਦੇ ਵਿਚਾਰ ਜ਼ਰੂਰ ਸਾਂਝੇ ਕਰੋ। ਉਦੋਂ ਬਾਅਦ ਜਿਹੜੀ ਸਭ ਤੋਂ ਵੱਡੀ ਜਿਹੜੀ ਗੱਲ ਰੀਅਲੀ ਬਾਦਰ ਕੀਤੀ, ਉਹ ਇਹ ਸੀਗੀ ਕਿ ਪੂਰੇ ਸੈਸ਼ਨ ਦੇ ਵਿੱਚ ਜਿਹੜੇ MLAs ਇੱਕ ਦੂਸਰੇ ਦੇ ਉੱਤੇ ਚਿੱਕੜ ਸੁੱਟਦੇ ਨਜ਼ਰ ਆਏ। ਦੇਖੋ, ਕਮੀਆਂ ਪੇਸ਼ੀਆਂ ਹਰ ਬੰਦੇ 'ਚ ਹੁੰਦੀਆਂ ਨੇ, ਹਰ MLA ਨੂੰ ਉੱਥੋਂ ਦੇ ਕੰਸਟੀਚੁਐਂਸੀ ਦੇ ਲੋਕ ਉਹਨੂੰ ਜਿੱਤ ਕੇ ਭੇਜਦੇ ਨੇ, ਔਰ ਹਰ ਕੰਸਟੀਚੁਐਂਸੀ ਦੇ ਵਿੱਚ ਕਮੀਆਂ ਹੀ ਕਮੀਆਂ ਨੇ, ਹਰ ਚੀਜ਼ਾਂ ਲੋੜਾਂ ਨੇ। ਲੋਕ ਵੇਟ ਕਰਦੇ ਕਿ ਕਦੋਂ ਸੈਸ਼ਨ ਆਵੇ, ਸਾਡਾ MLA CM ਸਾਹਿਬ ਜਾਂ ਫਾਈਨੈਂਸ ਮਿਨਿਸਟਰ ਤੋਂ ਪੈਸੇ ਅਪਰੂਵ ਕਰਾ ਕੇ ਲਿਆਵੇ ਤਾਂ ਕਿ ਸਾਡੇ ਸੀਵਰੇਜ ਪੈ ਸਕੇ, ਲਾਅ ਐਂਡ ਆਰਡਰ ਵਧੀਆ ਚੱਲ ਸਕੇ, ਐਜੂਕੇਸ਼ਨ ਦੇ ਵਧੀਆ ਇਦਾਰੇ ਕਾਇਮ ਕੀਤੇ ਜਾ ਸਕਣ, ਹੈਲਥ ਸਿਸਟਮ ਵਧੀਆ ਹੋ ਸਕੇ। ਬਜਾਏ ਇਹਨਾਂ ਗੱਲਾਂ ਦੇ, ਸਾਡੇ MLA ਉੱਥੇ ਇੱਕ ਬੜੀ ਨੀਵੇਂ ਲੋਅਰ ਲੈਵਲ ਦੀ ਜਿਹੜੀ ਸ਼ਬਦਾਵਲੀ ਵਰਤਦੇ ਇੱਕ ਦੂਜੇ ਨੂੰ, ਫੈਮਿਲੀ ਤਾਂ ਹੀ ਜਾਂਦੇ, ਉਹ ਬਹੁਤ ਚੀਜ਼ਾਂ ਬਾਦਰ ਕਰਨ ਨੂੰ ਦੇਖਦੀਆਂ।
ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਵਾਸਤੇ? ਤੁਸੀਂ ਆਪਦਾ ਵਿਚਾਰ ਸਾਂਝੇ ਕਰਿਓ। ਕਾਲ ਕਰਕੇ ਸਾਡੇ ਨਾਲ ਇੱਕ ਕਾਲਰ ਜੁੜ ਗਏ ਨੇ, ਉਸ ਤੋਂ ਬਾਅਦ ਆਪਾਂ ਇਹ ਕੰਟੀਨਿਊ ਕਰਾਂਗੇ ਪ੍ਰੋਗਰਾਮ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੌਣ ਸਾਹਿਬ ਬੋਲ ਰਹੇ ਹੋ ਜੀ? ਤੁਸੀਂ ਓਨ ਏਅਰ। ਹਾਂਜੀ, ਮੈਂ ਹਰਜਿੰਦਰ ਸਿੰਘ ਬੋਲ ਰਿਹਾ ਜੀ। ਹਾਂਜੀ ਸਰਦਾਰ ਹਰਜਿੰਦਰ ਸਿੰਘ ਜੀ, ਕੀ ਕਹਿਣਾ ਚਾਹੋਗੇ? ਹਾਂਜੀ, ਪਹਿਲਾਂ ਤਾਂ ਮੈਂ ਇੱਕ ਕਹਿਣਾ ਚਾਹੂੰਗਾ ਜੀ, ਮੈਨੂੰ ਵੀ ਜਦੋਂ ਤੁਸੀਂ ਕੋਈ ਵੀ ਪ੍ਰੋਗਰਾਮ ਆਪਣਾ ਚੱਲਦਾ ਜੀ, ਹਾਂਜੀ ਇਹ ਮੈਂ ਦੇਖਿਆ ਜੀ, ਜੱਗੀ ਵੀ ਪ੍ਰੋਗਰਾਮ ਚਲਾਉਂਦਾ, ਤੁਸੀਂ ਵੀ ਚਲਾਉਂਦੇ ਆ, ਜਦੋਂ ਕਿਸੇ ਬੰਦੇ ਨੂੰ ਸਾਦੇ ਆ ਤੁਸੀਂ ਨਾ ਆਪਣੇ ਚੈਨਲ ਦੇ ਉੱਤੇ ਜੀ, ਉਹਨਾਂ ਲੋਕਾਂ ਦੀ ਗੱਲ ਕਰਾਇਆ ਕਰੋ, ਤੁਸੀਂ ਉਦੋਂ ਕਾਲ ਨਹੀਂ ਲੈਂਦੇ ਹੈ ਨਾ, ਤੁਸੀਂ ਉਦੋਂ ਆਪਸ ਵਿੱਚ ਗੱਲਾਂ ਕਰਦੇ ਰਹਿੰਦੇ ਆ ਜੀ 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 ਔਰ ਤੁਸੀਂ, ਮੈਂ ਜੇ ਤੁਹਾਨੂੰ ਗੱਲ ਪੁੱਛਾਂ ਤੁਸੀਂ ਉਹਦਾ ਜਵਾਬ ਨਹੀਂ ਦੇ ਸਕਦੇ, ਉਹ ਪ੍ਰਤਾਪ ਸਿੰਘ ਬਾਜਵਾ ਜਵਾਬ ਦੇ ਸਕਦਾ ਸੀ ਕਿ ਨਹੀਂ ਦੇ ਸਕਦਾ ਜੀ? ਜੀ ਜੀ ਉਹ ਭਾਈ ਸਾਹਿਬ ਤੁਹਾਡਾ ਜਿਹੜਾ ਵਿਚਾਰ ਹੈ ਉਹਦੀ ਅੜੀ ਅਸੀਂ ਬਹੁਤ ਇੱਜ਼ਤ ਕਰਦੇ ਹਾਂ ਜੀ। ਗੱਲ ਹੈ ਕਿ ਉਹਨਾਂ ਕੋਲ ਟਾਈਮ ਬਹੁਤ ਥੋੜ੍ਹਾ ਸੀ, ਪਾਰਲੀਮੈਂਟ ਜਾਣਾ ਸੀ, ਫਿਰ ਕਿਸੇ ਦਿਨ ਸੈਸ਼ਨ ਉਹ ਆਉਣਗੇ, ਉਹਨਾਂ ਨੇ ਪ੍ਰੋਮਿਸ ਕੀਤਾ, ਡੈਫੀਨੇਟਲੀ ਆਪਾਂ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਲਾਈਵ ਲੈਣ ਦੀ। ਹਾਂਜੀ ਇੱਕ 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 ਮਿੰਟ, ਤੁਸੀਂ ਅੱਜ ਤਾਂ ਚਲੋ ਉਹਦੇ ਪਾਰਲੀਮੈਂਟ ਜਾਣਾ ਸੀਗਾ ਹੈ ਨਾ, ਮੈਂ ਬਹੁਤ ਵਾਰੀ ਦੇਖਿਆ ਕੋਈ ਵੀ ਕਿਸੇ ਵੀ ਪ੍ਰੈਕਟੀਕਲ ਆਪਣੇ ਸਿਆਸੀ ਲੋਕ ਨੂੰ ਸਾਦੇ ਆ ਨਾ, ਉੱਧਰ ਤੁਸੀਂ ਆਸ ਵਿੱਚ ਗੱਲਾਂ ਕਰਦੇ ਰਹਿੰਦੇ ਆ, ਜਿਹੜਾ ਕਾਲਰ ਨੂੰ ਬਹੁਤ ਘੱਟ ਟਾਈਮ ਦਿੰਦੇ ਆ ਤੁਸੀਂ, ਜਦੋਂ ਤੁਹਾਡੇ ਕੋਲ ਅੱਧਾ ਘੰਟਾ ਹੁੰਦਾ ਜਾਂ ਇੱਕ ਘੰਟਾ ਹੁੰਦਾ ਹੈ ਨਾ, ਉਹਦੇ ਵਿੱਚ ਤੁਸੀਂ 10 ਤੋਂ 15 ਮਿੰਟ ਉਹਨਾਂ ਗੱਲ ਕਰਿਆ ਕਰੋ, ਤੁਸੀਂ ਜੇ ਇੱਕ ਘੰਟਾ ਹੁੰਦਾ ਤੁਸੀਂ 45 ਮਿੰਟ ਗੱਲ ਉਹਨਾਂ ਕਰਦੇ ਆ, 15 ਮਿੰਟ ਦੇ ਵਿੱਚ ਕਾਲਰ ਨਹੀਂ ਕਰ ਸਕਦੇ ਤੁਸੀਂ ਪੂਰੇ। ਠੀਕ 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 ਸਰ, ਬਹੁਤ ਬਹੁਤ ਧੰਨਵਾਦ ਹਰਜਿੰਦਰ ਸਿੰਘ ਜੀ ਤੁਹਾਡਾ। ਇੱਕ ਮਿੰਟ ਜੀ, ਹੈ ਨਾ। ਦੂਜੀ ਗੱਲ, ਇਹਨਾਂ ਨੂੰ ਆਪਾਂ ਕੋਈ ਪ੍ਰੈਕਟੀਕਲ ਬੰਦਾ ਆ ਇਹਨਾਂ ਨੂੰ ਪੁੱਛੇ ਵੀ ਪੰਜਾਬ ਦੀ ਪ੍ਰੋਪਰਟੀ ਜਿਹੜੀ ਥੱਲੇ ਜਾ ਰਹੀ ਆ ਜੀ, ਜਿਹੜੇ MLA ਆ ਜਾਂ MP ਆ ਜਾਂ ਕੋਈ ਵੀ ਹੈ ਨਾ, ਜਾਂ ਉਹ ਸ਼ਹਿਰ ਦਾ ਪ੍ਰਧਾਨ ਆ, ਉਹਨਾਂ ਦੀ ਪ੍ਰੋਪਰਟੀ ਉੱਤੇ ਕਾਹਤੋਂ ਜਾ ਰਹੀ, ਉਹ ਕਿੱਥੋਂ ਪੈਸੇ ਆਉਂਦੇ ਆ ਤੇ ਕੀ ਉਹਨਾਂ ਨੂੰ ਕਮਾਈ ਹੁੰਦੀ ਆ? ਜੀ 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 ਮੈਂ ਬਾਜਵਾ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਤੇਰੀਆਂ ਕੋਠੀਆਂ ਕਿੱਥੋਂ ਪੈ ਗਈਆਂ, ਲੋਕਾਂ ਦੀਆਂ ਕੋਠੀਆਂ ਕਾਹਤੋਂ ਥੱਲੇ ਆ ਗਈਆਂ, ਕਾਂਗਰਸ ਦੀਆਂ ਜਾਂ ਅਕਾਲੀ ਦਲ ਦੀਆਂ ਕਿਹੜੀਆਂ ਵੀ ਕੋਠੀਆਂ ਪੈਂਦੀਆਂ ਆ, ਇਹ ਪ੍ਰੈਕਟੀਕਲ ਬੰਦਿਆਂ ਦੀਆਂ ਕਾਹਤੋਂ ਪੈਂਦੀਆਂ, ਬਾਕੀਆਂ ਦੀਆਂ ਕਾਹਤੋਂ ਡਾਊਨ ਆਉਂਦੀਆਂ? ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਹਰਜੀਤ ਸਿੰਘ। ਇਹਨਾਂ ਨੂੰ ਸਿੱਧਾ ਪੁੱਛਣਾ ਚਾਹੀਦਾ, ਅਸੀਂ ਤਾਂ ਤੁਹਾਨੂੰ ਇਹ ਗੱਲ ਕਹਿੰਦੇ ਹਾਂ, ਅਸੀਂ ਇਹਨਾਂ ਸਿੱਧੀ ਗੱਲ ਕਰਨੀ ਚਾਹੁੰਦੇ ਕਾਲ ਲੈ ਕੇ। ਜੀ ਧੰਨਵਾਦ ਹਰਜਿੰਦਰ ਸਿੰਘ ਜੀ। ਦਰਸ਼ਕੋ ਵਿਚਾਰ ਤੁਹਾਡੇ ਠੀਕ ਨੇ, ਅਸੀਂ ਲਾਈਵ ਕਾਲਾਂ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਉਹਨਾਂ ਕੋਲ ਟਾਈਮ ਨਹੀਂ ਸੀਗਾ, ਪਹਿਲਾਂ ਵੀ ਇੱਕ ਸੁਝਾਅ ਆਏ ਸੀਗੇ, ਅਤੇ ਆਪਾਂ ਅੱਗੇ ਵੱਧਦੇ ਹਾਂ। ਦਰਸ਼ਕੋ ਕੀ ਇਹ ਜਿਹੜੇ 3 ਕੁਐਸਚਨ ਖੜ੍ਹੇ ਹੋਏ ਆ ਕਿ ਆਪਾਂ ਆਪਣੇ MLA ਨੂੰ ਜਿਤਾ ਕੇ ਵਿਧਾਨ ਸਭਾ 'ਚ ਭੇਜਦੇ ਹਾਂ ਅਤੇ ਉੱਥੇ ਉਹ ਇੱਕ ਦੂਜੇ ਦੇ ਉੱਤੇ ਚਿੱਕੜ ਸਿੱਟਣ ਦੀ ਸਿਵਾਏ ਆਪਦਾ ਏਰੀਏ ਦੀ ਡਿਵੈਲਪਮੈਂਟ ਦੀ ਗੱਲ ਕਰਨ ਤਾਂ ਚੰਗਾ ਨਾ ਹੋਊਗਾ, ਦੂਸਰਾ ਜਿਹੜਾ ਲੇਡੀਜ਼ ਵਾਸਤੇ ਫ੍ਰੀ ਸਫ਼ਰ ਹੈ ਬਹੁਤ ਚੰਗੀ ਗੱਲ ਹੈ, ਪਰ ਮੈਂ ਸੋਚਦਾ ਸੀ ਉਹ 'ਚੋਂ 50% ਅੱਧਾ ਕਿਰਾਇਆ ਲੈ ਕੇ ਬਾਕੀ ਅੱਧਾ ਜਿਹੜਾ ਫੰਡ ਹੈਗਾ ਆ ਉਹਨਾਂ ਦੀ ਸੇਫਟੀ ਸਿਕਿਉਰਿਟੀ ਅਤੇ ਬੈਟਰ ਐਜੂਕੇਸ਼ਨ ਲਈ ਕੁੜੀਆਂ ਦੇ ਲਾ ਦਿੱਤਾ ਜਾਂਦਾ ਤਾਂ ਵਧੀਆ ਸੀਗਾ। ਔਰ ਤੀਸਰਾ ਜਿਹੜਾ ਕੁਐਸਚਨ ਹੈਗਾ ਕਿ ਇਹ ਜਿਹੜੇ ਆ ਸਾਰੀਆਂ ਚੀਜ਼ਾਂ ਹੁਣ ਉਹਨਾਂ ਨੇ ਬਜਟ ਦੇ ਵਿੱਚ ਦਿੱਤੀਆਂ, ਪਿਛਲੇ 2-3 ਸਾਲਾਂ 'ਚ ਦੇ ਦਿੰਦੇ ਤਾਂ ਸ਼ਾਇਦ ਲੋਕਾਂ ਦਾ ਕੋਈ ਭਲਾ ਹੁੰਦਾ, ਕਿਉਂਕਿ ਹੁਣ ਤਾਂ 1 ਸਾਲ ਰਹਿ ਗਿਆ ਇਸ ਗੌਰਮੈਂਟ ਦਾ, ਔਰ ਅਗਲੀ ਆਉਣ ਵਾਲੀ ਗੌਰਮੈਂਟ ਕੀ ਕਰਦੀ ਕੀ ਨਹੀਂ ਕਰਦੀ ਤਾਂ ਆਉਣ ਵਾਲਾ ਵਕਤ ਦੱਸੇਗਾ। ਦਰਸ਼ਕੋ ਬਹੁਤ ਹੀ ਚੀਜ਼ਾਂ ਹੋਰ ਵਾਪਰ ਗਈਆਂ ਦੂਜੀਆਂ ਸਟੇਟਾਂ ਦੇ ਵਿੱਚ, ਅੱਜ ਉੱਤਰਾਖੰਡ ਦੇ ਬੀਤਾ ਜਿਹੜਾ ਅੱਜ ਇੰਡੀਆ ਦੇ ਵਿੱਚ ਗਿਆ ਹੈ, ਉੱਤਰਾਖੰਡ ਦੇ ਜਿਹੜੇ ਚੀਫ ਮਿਨਿਸਟਰ ਸੀਗੇ ਤ੍ਰਿਵਿੰਦਰ ਸਿੰਘ ਰਾਵਤ, ਉਹ ਆਪਣਾ ਅਸਤੀਫਾ ਜੋ ਹੈ ਉਹ ਦੇ ਗਏ। ਉਹ ਕਿਉਂ ਦੇ ਗਿਆ ਕੀ ਦੇ ਗਿਆ ਉਹਦੀ ਡਿਟੇਲ ਜਾਵਾਂਗੇ ਤਾਂ ਬਹੁਤ ਲੰਬੀ ਲਿਸਟ ਹੋਈ, ਕਿਉਂਕਿ ਆਪਣੇ ਕੋਲ ਬਹੁਤ ਹੋਰ ਚੀਜ਼ਾਂ ਨੇ ਜਿਹੜੀਆਂ ਆਪਾਂ ਇੱਕ ਦੂਜੇ ਲਈ ਆਪਾਂ ਕਵਰ ਕਰਨੀਆਂ ਨੇ। ਜਿੱਦਾਂ ਕਿ ਹਰਿਆਣੇ ਦੇ ਵਿੱਚ ਬੜੀ ਹਲਚਲ ਚੱਲ ਰਹੀ ਹੈ ਗੌਰਮੈਂਟ ਦੇ ਵਿੱਚ, ਕਿੱਦਾਂ ਚੱਲ ਰਹੀ ਹੈ ਮੈਂ ਬ੍ਰੇਕ ਤੋਂ ਬਾਅਦ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗਾ, ਤੁਸੀਂ ਬਣੇ ਰਹੋ ਇਸੇ ਤਰ੍ਹਾਂ ਜਸ ਪੰਜਾਬੀ ਤੋਂ। ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੈਟਫਾਰਮ, ਮੈਂ ਤੁਹਾਡੇ ਰੂਬਰੂ ਹੁੰਦਾ ਟਿਊਜ਼ਡੇ ਵੈਨਸਡੇ ਥਰਸਡੇ ਸ਼ਾਮ ਨੂੰ 9 ਵਜੇ ਪੈਸੀਫਿਕ ਟਾਈਮ ਕੈਲੀਫੋਰਨੀਆ ਸਟੂਡੀਓ ਤੋਂ। ਦਰਸ਼ਕੋ ਆਪਣੇ ਨਾਲ ਕਾਲਰ ਜੁੜ ਗਏ, ਉਹਨਾਂ ਦਾ ਕਾਲ ਲੈ ਕੇ ਅਤੇ ਕੰਟੀਨਿਊ ਰੱਖਾਂਗੇ ਆਪਾਂ ਪ੍ਰੋਗਰਾਮ ਨੂੰ। ਸਤਿ ਸ਼੍ਰੀ ਅਕਾਲ ਜੀ ਪੰਨੂ ਸਾਹਿਬ, ਕੀ ਹਾਲ ਹੈ ਤੁਹਾਡਾ? ਸਭ ਠੀਕ ਹੈ ਜੀ, ਬਹੁਤ ਬਹੁਤ ਪੰਜਾਬੀ ਦੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਸਵਾਗਤ ਜੀ। ਜੀ ਜੀ ਪੰਨੂ ਸਾਹਿਬ, ਤੁਸੀਂ ਕੁਐਸਚਨ ਸੁਣਿਆ ਕਿ ਮੈਂ ਰਿਪੀਟ ਇਹ ਕਰਦਾ ਹਾਂ ਕਿ ਜਿਹੜੇ ਪੰਜਾਬ ਵਿਧਾਨ ਸਭਾ ਦੇ ਵਿੱਚ ਬਜਟ ਪੇਸ਼ ਹੋਇਆ ਜਾਂ ਉਦੋਂ ਪਹਿਲਾਂ ਜਿਹੜਾ ਸੈਸ਼ਨ ਚੱਲਿਆ ਉਹਦੇ ਵਿੱਚ ਹਰੇਕ ਕੰਸਟੀਚੁਐਂਸੀ ਦੀਆਂ ਆਪਦੀਆਂ ਪ੍ਰੋਬਲਮਸ ਹੁੰਦੀਆਂ ਨੇ, ਉਹ ਚੁਣ ਕੇ ਆਪਦਾ ਨੁਮਾਇੰਦਾ ਉੱਥੇ ਭੇਜਦੀਆਂ ਨੇ ਅਤੇ ਉੱਥੇ ਉਹ ਜਾ ਕੇ ਬਜਾਏ ਉਸ ਕੰਸਟੀਚੁਐਂਸੀ ਦੀਆਂ ਜਿਹੜੀਆਂ ਪ੍ਰੋਬਲਮਸ ਆ ਉਹ ਡਿਵੈਲਪਮੈਂਟ ਫੰਡ ਲੈਣ ਦੇ ਬਜਾਏ ਉਹ ਇੱਕ ਦੂਜੇ ਦੇ ਉੱਤੇ ਗੰਦੀ ਸ਼ਬਦਾਵਲੀ ਅਤੇ ਇੱਕ ਦੂਜੇ ਚਿੱਕੜ ਸੁੱਟਣ ਦਾ ਕੰਮ ਕਰਦੇ ਆ,
ਇਹ ਕਿੱਥੋਂ ਤੱਕ ਸਾਰਥਕ ਹੈ ਜੀ? ਇੱਕ ਤਾਂ ਕੁਐਸਚਨ ਇਹ ਆ, ਦੂਸਰਾ ਜਿਹੜਾ ਉਹਨਾਂ ਨੇ ਸਰਦਾਰ ਮਨਪ੍ਰੀਤ ਸਿੰਘ ਬਾਦਲ ਨੇ ਬਹੁਤ ਹੀ ਸੋਹਣਾ ਬਜਟ, ਬਹੁਤ ਚੰਗੀਆਂ ਚੀਜ਼ਾਂ ਲੈ ਕੇ ਆਉਂਦੀਆਂ, ਕੀ ਇਹ ਪਹਿਲੇ ਸਾਲਾਂ 'ਚ ਲੈ ਆਉਂਦੇ ਤਾਂ ਵਧੀਆ ਨਹੀਂ ਸੀ? ਤੀਸਰਾ, ਕੀ ਜਿਹੜਾ ਲੇਡੀਜ਼ ਨੂੰ ਉਹਨਾਂ ਨੇ ਬੱਸਾਂ ਦੇ ਵਿੱਚ ਕਿਰਾਏ ਲਈ ਮਾਫ਼ੀ ਦਿੱਤੀ ਆ, ਬਹੁਤ ਚੰਗੀ ਗੱਲ ਆ, ਪਰ ਮੇਰਾ ਕੁਐਸਚਨ ਇਹ ਸੀ ਜੇ 50% ਮਾਫ਼ ਕਰ ਦਿੰਦੇ ਕਿਰਾਇਆ ਅਤੇ ਬਾਕੀ ਦਾ 50% ਲੈ ਕੇ ਅਤੇ ਉਹਨਾਂ ਨੂੰ ਉਹਨਾਂ ਦੀ ਬੱਚੀਆਂ ਜਿਹੜੀਆਂ ਗਰੀਬ ਘਰਾਂ ਤੋਂ ਆਉਂਦੀਆਂ ਉਹਨਾਂ ਦੇ ਐਜੂਕੇਸ਼ਨ ਲਈ, ਉਹਨਾਂ ਲਈ ਸੇਫਟੀ ਸਿਕਿਉਰਿਟੀ ਲਈ ਬੈਟਰ ਹੈਲਥ ਸਿਸਟਮ ਲਈ ਲਾ ਦਿੰਦੇ ਤਾਂ ਬੈਟਰ ਨਾ ਹੁੰਦਾ? ਕੀ ਕਹਿਣਾ ਚਾਹੋਗੇ ਪੰਨੂ ਸਾਹਿਬ? ਜੀ, ਪੰਜਾਬ ਅਸੈਂਬਲੀ ਦਾ ਸੈਸ਼ਨ ਦੇਖੋ ਜੀ, ਇਹ 117 ਨੁਮਾਇੰਦੇ ਪੰਜਾਬ ਨੇ ਚੁਣ ਕੇ ਭੇਜੇ ਨੇ ਜੀ, ਔਰ ਇਸ ਅਸੈਂਬਲੀ ਨੂੰ ਚਲਾਉਣ ਤੇ ਕਾਫੀ ਖਰਚਾ ਵੀ ਆਉਂਦਾ, ਮਿੰਟ ਮਿੰਟ ਦਾ ਹਿਸਾਬ ਤਾਂ ਵੇਖੀਏ ਤੇ ਬਹੁਤ ਖਰਚਾ ਆਉਂਦਾ ਹੈ। ਚੰਗਾ ਹੁੰਦਾ ਜੇ ਇਹ ਨੁਮਾਇੰਦੇ ਸਹੀ ਸਮਾਂ ਚੰਗੇ ਕੰਮ ਵਾਸਤੇ ਯੂਟੀਲਾਈਜ਼ ਕਰਦੇ। ਪੰਜਾਬ ਨੂੰ ਇਸ ਵਕਤ ਲੋੜ ਹੈ, ਕੋਵਿਡ ਦੇ ਚੱਲਦਿਆਂ ਹਸਪਤਾਲਾਂ ਦੀ ਲੋੜ ਹੈ, ਐਜੂਕੇਸ਼ਨ ਸਿਸਟਮ ਦੇ ਵਿੱਚ ਟੀਚਰਾਂ ਦੀ ਲੋੜ ਹੈ, ਅੱਗੇ ਸਾਡੇ ਸਟੂਡੈਂਟ ਬਾਹਰ ਜਾ ਰਹੇ ਨੇ ਕਾਲਜਾਂ ਨੂੰ, ਔਰ ਮਿਆਰੀ ਸਿੱਖਿਆ ਦੇਣ ਦੀ ਜ਼ਰੂਰਤ ਹੈ, ਮੈਡੀਕਲ ਸਿੱਖਿਆ ਦੇਣ ਦੀ ਜ਼ਰੂਰਤ ਹੈ, ਅੱਗੇ ਫਸਲ ਆਉਣ ਵਾਲੀ ਆ, ਇਹੋ ਜਿਹੇ ਮੁੱਦੇ ਆ। ਪੋਲੂਸ਼ਨ ਦਾ ਮੁੱਦਾ ਹੈ, ਗਰਾਊਂਡ ਵਾਟਰ ਦਾ ਮੁੱਦਾ ਹੈ, ਸੋਇਲ ਹੈਲਥ ਦਾ ਮੁੱਦਾ, ਇਹ ਮੁੱਦੇ ਸਾਰੇ ਵਿਚਾਰੇ ਜਾਣੇ ਚਾਹੀਦੇ ਸੀਗੇ, ਔਰ ਮੋਸਟਲੀ ਟਾਈਮ ਇਹਨਾਂ ਦਾ ਆਰੋਪ ਆਰੋਪ ਪ੍ਰਤੀਰੋਪ ਦੇ ਉੱਤੇ ਜਿਹੜਾ ਚੱਲਿਆ ਗਿਆ, ਇਸ ਦਾ ਕੋਈ ਬਾਹਲਾ ਪੰਜਾਬ ਦੇ ਲੋਕਾਂ ਨੂੰ ਫਾਇਦਾ ਨਹੀਂ ਹੋਇਆ। ਚੰਗਾ ਹੁੰਦਾ ਪੰਜਾਬ ਦੇ ਲੋਕਲ ਮੁੱਦੇ ਵਿਚਾਰੇ ਜਾਂਦੇ। ਜਿੱਥੋਂ ਤੱਕ ਬਜਟ ਦੀ ਗੱਲ ਹੈ, ਇਸ ਪੰਜਾਬ ਸਰਕਾਰ ਦਾ ਇਹ ਇਸ 5 ਸਾਲ ਦੇ ਟੈਨਿਓਰ ਦਾ ਆਖਰੀ ਬਜਟ ਹੈ ਜੀ, ਔਰ ਇਸ ਨੂੰ ਇਸ ਬਜਟ ਨੂੰ ਪਹਿਲਾਂ ਹੀ ਜਿੱਦਾਂ ਉਮੀਦ ਸੀ ਵੀ ਲੋਕ ਲੁਭਾਵਣਾ ਇਹ ਬਜਟ ਹੋਏਗਾ, ਇਹ ਲੋਕਾਂ ਨੂੰ ਪਹਿਲਾਂ ਹੀ ਅੰਦਾਜ਼ਾ ਸੀ, ਔਰ ਬਾਕੀ ਉਦਾਂ ਦਾ ਹੀ ਬਜਟ ਹੋਇਆ ਜੀ। ਔਰ ਇਸ ਬਜਟ ਦੇ ਵਿੱਚ ਬਹੁਤ ਸਾਰੇ ਜਿਵੇਂ ਕਹਿੰਦੇ ਲੋਲੀਪੋਪ ਦਿੱਤੇ ਗਏ ਜਾਂ ਮਿੱਠੀਆਂ ਗੋਲੀਆਂ ਦਿੱਤੀਆਂ ਗਈਆਂ, ਇਸੇ ਕਰਕੇ ਅਕਾਲੀ ਦਲ ਦੇ ਬੰਦੇ ਮਿੱਠੀਆਂ ਗੋਲੀਆਂ ਵੰਡਦੇ ਫਿਰਦੇ ਨੇ, ਇਸ ਦਾ ਮਜ਼ਾਕ ਉਡਾ ਰਹੇ ਨੇ। ਔਰ ਇਸ ਬਜਟ ਦੇ ਵਿੱਚ ਔਰਤਾਂ ਨੂੰ ਸਰਕਾਰੀ ਬੱਸਾਂ ਦੇ ਵਿੱਚ, ਵੈਸੇ ਸਰਕਾਰੀ ਬੱਸਾਂ ਹੈ ਵੀ ਥੋੜੀਆਂ ਹੀ ਆ, ਜ਼ਿਆਦਾ ਪ੍ਰਾਈਵੇਟ ਬੱਸਾਂ ਹੀ ਨੇ, ਔਰ ਸਰਕਾਰੀ ਬੱਸਾਂ ਦੇ ਵਿੱਚ ਕੋਈ ਛੂਟ ਮਿਲੀ ਆ। ਚੰਗਾ ਹੁੰਦਾ ਜੇ ਸਟੂਡੈਂਟ ਸੀ ਜਿਹੜੀਆਂ ਪਿੰਡਾਂ ਦੀਆਂ ਕੁੜੀਆਂ ਇਹ ਕਾਲਜਾਂ 'ਚ ਪੜ੍ਹਨ ਜਾਂਦੀਆਂ ਨੇ, ਸਕੂਲਾਂ 'ਚ ਪੜ੍ਹਨ ਜਾਂਦੀਆਂ, ਉਹਨਾਂ ਨੂੰ ਸਹੂਲਤ ਵੱਧ ਦਿੱਤੀ ਜਾਵੇ, ਕਿਉਂਕਿ ਮਹਿੰਗਾਈ ਆਮ ਬੰਦੇ ਦਾ ਲੱਕ ਤੋੜ ਰਹੀ ਹੈ ਇਸ ਵੇਲੇ ਜੀ ਜੀ। ਤਾਂ ਪਬਲਿਕ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ, ਗਰੀਬ ਅਮੀਰ ਦਾ ਜਿਹੜਾ ਪਾੜਾ ਵੱਧਦਾ ਜਾ ਰਿਹਾ ਹੈ, ਇਸ ਦੇ ਉੱਤੇ ਕੰਮ ਕਰਨ ਦੀ ਲੋੜ ਹੈ ਜੀ 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 ਜੀ। ਪੰਨੂ ਸਾਹਿਬ, ਉਹ ਇਹ ਜਿਹੜੀਆਂ ਚੀਜ਼ਾਂ ਚਾਹੇ ਆਪਾਂ ਇਹਨਾਂ ਨੂੰ ਤੁਸੀਂ ਮਿੱਠੀਆਂ ਗੋਲੀਆਂ ਵੀ ਕਹਿੰਦੇ, ਕੁਛ ਕਹਿੰਦੇ ਹੁੰਦੇ ਨਾ ਵੀ ਬੂੰਦ ਬੂੰਦ ਸੇ ਘੜਾ ਭਰਤਾ ਹੈ, ਤਾਂ ਉਹ ਜਿਹੜੀ ਬੂੰਦਾਂ ਜਿਹੜੀਆਂ ਸਿੱਟੀਆਂ ਆ ਇਹ ਪਿਛਲੇ 2-3 ਸਾਲ ਪਹਿਲਾਂ ਸਿੱਟ ਦਿੱਤੀਆਂ ਜਾਂਦੀਆਂ, ਤਾਂ ਇਹ ਕਾਂਗਰਸ ਨੂੰ ਵੀ ਕੋਈ ਪਲੈਟਫਾਰਮ ਮਿਲ ਜਾਣਾ ਸੀਗਾ ਅੱਗੇ ਇਲੈਕਸ਼ਨ ਦੇ ਵਿੱਚ, ਅਤੇ ਚਾਹੇ ਅਪੋਜੀਸ਼ਨ ਫੇਰ ਕਮਜ਼ੋਰ ਹੈ, ਫੇਰ ਵੀ ਮੁੱਦਾ ਤਾਂ ਹੋ ਗਿਆ ਕਿ ਅਖੀਰ ਦੇ ਵਿੱਚ ਆ ਦਿੱਤਾ ਗਿਆ, ਇਹ ਪਹਿਲਾਂ ਦਿੱਤਾ ਜਾਂਦਾ ਬੈਟਰ ਨਾ ਹੁੰਦਾ ਜੀ? ਬਿਲਕੁਲ ਜੀ, ਪੰਜਾਬ ਨੈਚੁਰਲੀ ਗੋਡ ਗਿਫਟਡ ਹੈ, ਦੇਖੋ ਇੱਥੋਂ ਦੀ ਖੇਤੀਬਾੜੀ ਮਸ਼ਹੂਰ ਹੈ, ਇਹਦੀ ਫਿਜੀਕਲ ਲੋਕੇਸ਼ਨ ਦੇ ਹਿਸਾਬ ਨਾਲ ਨੀਮ ਪਹਾੜੀ ਇਲਾਕਾ ਦਾ ਏਰੀਆ ਵਾ, ਨੇਚਰ ਵਾਈਜ਼ ਇਹ ਗੋਡ ਗਿਫਟਡ ਹੈ, ਇੰਨੀ ਸੋਹਣੀ ਸੋਇਲ ਦੀ ਪ੍ਰੋਡਕਸ਼ਨ ਹੁੰਦੀ ਆ, 11 ਟਨ ਅਨਾਜ ਪਰ ਹੈਕਟੇਅਰ ਪਰ ਈਅਰ ਪੈਦਾ ਹੁੰਦਾ ਵਾ ਉਸ ਪੱਖੋਂ ਗੌਰ, ਪਰ ਫਿਰ ਵੀ ਸਰਕਾਰ ਹੈ ਜਿਹੜੀ ਪੰਜਾਬ ਗੌਰਮੈਂਟ ਹੈ ਕਰਜ਼ੇ ਥੱਲੇ ਦੱਬੀ ਜਾ ਰਹੀ ਆ, ਇਸ ਨੂੰ ਬੈਟਰ ਤਰੀਕੇ ਨਾਲ ਮੈਨੇਜ ਕੀਤਾ ਜਾਵੇ, ਔਰ ਇਹੀ ਜਿਹੜਾ ਹੈ ਕੰਮ 2-3 ਸਾਲ ਪਹਿਲਾਂ ਕੀਤਾ ਹੁੰਦਾ ਤਾਂ ਪਬਲਿਕ ਕਾਂਗਰਸ ਦੀ ਇਸ ਗੌਰਮੈਂਟ ਨੂੰ ਯਾਦ ਕਰਦੀ ਜੀ ਜੀ। ਪੰਨੂ ਸਾਹਿਬ, ਇੱਕ ਮੈਂ ਬਹੁਤ ਇੰਪੋਰਟੈਂਟ ਕੁਐਸਚਨ ਆਪਣੇ ਏਰੀਏ ਨਾਲ ਬਿਲੋਂਗ ਕਰਦਾ, ਕਿਉਂਕਿ ਨਹਿਰ ਦੀ ਬੰਦੀ ਆ ਰਹੀ ਹੈ ਜੀ, ਕਨਾਲ ਸਿਸਟਮ ਜਿਹੜੀ ਗੰਗ ਕਨਾਲ ਆ ਅਤੇ ਦੂਸਰੀ ਰਾਜਸਥਾਨ ਕਨਾਲ, ਆਮ ਸੋਰੀ ਇੰਦਰਾ ਗਾਂਧੀ ਜਿਹਨੂੰ ਰਾਜਸਥਾਨ ਕਨਾਲ ਕਹਿੰਦੇ ਸੀ, ਉਹ 7 ਮਾਰਚ ਤੋਂ ਲੈ ਕੇ 31 ਮਈ ਤੱਕ ਬੰਦ ਕਰ ਦਿੱਤੀ ਜਾਊਗੀ, ਉਹਦੇ ਨਾਲ ਜਿਹੜੇ ਨੌਰਥਰਨ ਡਿਸਟ੍ਰਿਕਟ ਆ ਰਾਜਸਥਾਨ ਦੇ, ਗੰਗਾਨਗਰ, ਹਨੂਮਾਨਗੜ੍ਹ, ਨਗੌਰ, ਬੀਕਾਨੇਰ, ਤੁਸੀਂ ਦੱਸੋ ਕਿ ਉਹ ਪਾਣੀ ਦੀ ਇੱਕ ਤਾਂ ਗਰਮੀ ਪੈ ਰਹੀ, ਤੰਗੀ ਆ ਜੂਗੀ, ਅਤੇ ਦੂਸਰਾ ਇਹਦਾ ਕਾਰਨ ਕੀ ਆ, ਅਤੇ ਤੀਸਰਾ ਜੇ ਤੁਹਾਨੂੰ ਪਤਾ ਹੋਵੇ ਇਹਦਾ ਕੋਈ ਅਲਟਰਨੇਟਿਵ ਹੋ ਸਕਦਾ ਕਿ ਇਹਨੂੰ ਸਿਆਲਾਂ 'ਚ 15-20 ਦਿਨਾਂ ਲਈ ਬੰਦ ਕਰਕੇ ਸਫਾਈ ਕਰ ਦਿੱਤੀ ਜਾਵੇ, ਇਫ ਦੈਟਸ ਦਾ ਕੇਸ? ਦੇਖੋ ਜੀ, ਪੰਜਾਬ ਦੇ ਵਿੱਚੋਂ ਇਹ 2 ਨਹਿਰਾਂ ਨਿਕਲਦੀਆਂ ਨੇ ਜਿਹਨੂੰ ਗੰਗ ਕੈਨਾਲ ਜਾਂ ਫਿਰੋਜ਼ਪੁਰ ਫੀਡਰ ਕਹਿੰਦੇ ਆ, ਉਹਦੀ ਕਪੈਸਿਟੀ ਉੱਥੇ ਹਰੀਕੇ ਪੱਤਣ ਬੈਰਜ ਦੇ ਉੱਤੇ ਜਿਹੜੀ ਲਿਖੀ ਹੋਈ ਉਹ 5700 ਕਿਊਸਿਕ ਪਾਣੀ ਹੈਗਾ, ਔਰ ਜਿਹੜੀ ਦੂਸਰੀ ਰਾਜ ਕੈਨਾਲ ਹੈ ਜਾਂ ਜਿਹਨੂੰ IG ਕੈਨਾਲ ਜਾਂ ਇੰਦਰਾ ਗਾਂਧੀ ਕੈਨਾਲ ਕਹਿੰਦੇ ਨੇ, ਉਸ ਦੀ 9500 ਕਿਊਸਿਕ ਕਪੈਸਿਟੀ ਦਾ ਉੱਥੋਂ ਅਲਾਟਮੈਂਟ ਪਾਣੀ ਹੈ।
हालांकि वक्री गल है कि 5700 क्यूसिक वाला पानी जो गंगानगर तक पहुंचता तो 1800-2000 क्यूसिक रह जाता है, बाकी सारा पानी कुछ कैनाल की हालत माड़ी है, कुछ लीकेज हो जाती है, कुछ इधर उधर हो जाता है, पानी बहुत घट पहुँचता है। और अगे गर्मी का सीजन आने वाला है, किसानों ने अगे हाड़ी तो बाद अगलिया फसल भी बीजनिया ने, फसलों की तो गल छो, खास करके जो पीने वाला पानी है जी, जी, जी। उसकी किल्लत आएगी क्योंकि उतो के जिमीदार पानी इन्नी महत्ता समझते हैं कि जो असी पानी लाने जाते होंगे एक एक मिनट वास्ते घड़ी मिला के रखी होंगी सी, हर एक घर रेडियो खरीदना पैंदा सी ताकि वह घड़ी मिला सकन। हाँ जी। एक एक मिनट की वैल्यू होंगी सी पानी की, रात होवे नेरा होवे दिने होवे जिमीदार उतो के किसान उस पानी की वैल्यू नू समझते हैं। गां आने वाले सीजन च यह जी 7 मार्च तो 31 मई की बंदी होएगी, इन्हां दे पीण वाले पानी का प्रबंध की होएगा, की गुजारा होएगा, इसका हल तो यही है भी इस बंदी फेजे किया जाए और पीने वाले पानी का अगाहू प्रबंध किया जाए। जी जी पन्नू साहब, इस उत्ते ना मैं एक मेरे को 5-7 क्वेश्चन ने जो जो हिस्ट्री देखिए जो नहर बनिया ने, जो आप करिए तो आप फिर किस दिन टाइम लावे, अब तुम टाइम क्या, तो बहुत बहुत धन्यवाद, मेहरबानी, थैंक यू वेरी मच। दर्शकों सन सर डॉक्टर चरणजीत सिंह जी पन्नू, साढ़े रेगुलर कॉलर ने, आपके विचार सांझे करते रहते हैं। अपना ब्रेक का टाइम हो गया, छोटी जी ब्रेक लैने, इस तरह बने रहो जस पंजाबी से। स्वागत जी थोड़ा सारे का फिर प्रोग्राम ओपन प्लेटफॉर्म जस पंजाबी ते, मैं थोड़े रूबरू हूँ ट्यूजडे वैनसडे थर्सडे शाम 9 बजे पैसिफिक टाइम साढ़े कैलिफोर्निया स्टूडियो तो। दर्शकों अपने ने कालर बन गए, मेरे को खबर बहुत सी तुहाडे विचार भी लेने से, तो हरियाणे की हो रहा और तमिलनाडु के की घटना वापरी, पर अपने कालर जुड़ गए ने वो लैके विचार, तो आप कंटिन्यू करते हैं इस प्रोग्राम। सत श्रीकाल जी बाजवा साहब, बहुत बहुत स्वागत जी, सत श्रीकाल जी गुरलाल जी। हाँ जी, बहुत बहुत स्वागत जी। तुसी क्वेश्चन मैं रिपीट करदा या तो नूं पता होगा, ते सरदार प्रताप सिंह बाजवा जी सर ने जोड़ा सी, मैं सुन ले क्वेश्चन। हाँ जी, जेड़ा तो तुसी पहला कहा ना भाई लेडीज नूं उन्हां ने जेड़ा रेंट फ्री कीता है जी, देखो मनप्रीत ने अज बजट पास कीता एक अद्धा दिन पहला जी, पर जेड़ी उन्हां ने एक जेड़ी स्टेटमेंट दित्ती है ना भी जे गां परमात्मा करे कांग्रेस आवे तो मैं फाइनेंस मिनिस्टर नहीं बनूंगा जी, जी, जी। इनू बड़े ध्यान ना सोचना चाहिए, इहदा मतलब यह है कि जो कुछ भी मनप्रीत करता रहा जां तो उन्हें पूरी लोकां ने उहदी पार्टी ने मानता नहीं दित्ती, जां उन्हें हथ खड़े कर दिते भाई ये काम पूरा नहीं हो सकता, ये लैके चलना चाहिए। देखो मनप्रीत जिहड़ा खुद इंसान है वो मॉडर्न इकोनॉमिक्स नूं समझदा है जी, 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 जी। और जिहड़ी उन्हां ने वो लेडीज नूं ਉਹ ਰੈਂਟ ਫ੍ਰੀ ਕਰਾਇਆ ਹੋਰ ਕਰ ਦਿੱਤਾ, ਜਿਹੜੇ ਸੈੱਲ ਫੋਨ ਵੰਡ ਦਿਓ, ਇਹ ਸੈਂਕੜੇ ਕਰੋੜ ਰੁਪਈਆ ਇਹਨਾਂ ਲੋਕਾਂ ਨੇ ਇਹ ਕਦਮ ਕਰਾਤਾ ਪਾਪੂਲਰ ਵੋਟ ਜਿੱਤਣ ਵਾਸਤੇ। ਬੇਸਿਕਲੀ ਮਨਪ੍ਰੀਤ ਨੂੰ ਮੈਂ ਪਰਸਨਲੀ ਵੀ ਮਿਲਿਆ, ਉਹ ਇਹਨਾਂ ਕੰਮਾਂ ਦੇ ਸਬਸਿਡੀ ਦੇ ਹੱਕ 'ਚ ਨਹੀਂ ਹੈ। ਇਹਨੋਂ ਚੰਗਾ ਅਗਰ ਜਿਵੇਂ ਤੁਸੀਂ ਵੀ ਪਹਿਲਾਂ ਕਿਹਾ ਸੀ, ਅਗਰ ਉਹ ਵੀ ਗੱਲ ਮੰਨੀਏ ਵੀ ਅੱਧਾ ਰੈਂਟ ਫ੍ਰੀ ਕਰ ਦਿੰਦੇ ਅੱਧਾ ਕਿਤੇ ਹੋਰ ਲਾਉਂਦੇ, ਸੋ ਇਹ ਜਿਹੜੀਆਂ ਸਬਸਿਡੀਜ਼ ਫਜ਼ੂਲ ਵੇਸਟ ਕਰਦੇ ਆ ਉਹ ਅਗਰ ਕਿਸੇ ਇਹੋ ਜਿਹੇ ਕੰਮਾਂ 'ਚ ਲਾਈਆਂ ਜਾਣ ਜਿੱਥੋਂ ਨੌਕਰੀ ਬਣੇ, ਲੋਕਾਂ ਨੂੰ ਨੌਕਰੀ ਮਿਲੇ, ਉਹਨਾਂ ਨੂੰ ਇੰਪਲੋਇਮੈਂਟ ਮਿਲੇ, ਇੰਪਲੋਇਮੈਂਟ ਵਿੱਚ ਗੌਰਮੈਂਟ ਥੋੜ੍ਹਾ ਜਿਹਾ ਕੋਈ ਟੈਕਸ ਲਊਗੀ, ਨਾਲੇ ਉਹ ਲੋਕਾਂ ਦਾ ਜਿਹੜਾ ਸਟੈਂਡਰਡ ਆ ਉੱਤਾ ਹੋ ਜਾਊਗਾ। ਜੀ ਤੁਸੀਂ ਗੱਲ ਕੀਤੀ ਕਿ ਜਿਹੜੇ ਉਹ MLA ਹੈ ਨਾ ਜਿਹੜੇ ਲੜਦੇ, ਉਹ ਦੇਖਿਆ ਜਾਏ ਤਾਂ ਉਹ ਬਿਲਕੁਲ ਆਪਣੀ ਜਾਬ ਵਾਸਤੇ ਫਿੱਟ ਨਹੀਂ ਗੇ, ਉਹਨਾਂ ਨੂੰ ਨਾ ਕਿਸੇ ਇਸ਼ੂ ਦੀ ਸਮਝ ਹੈ ਨਾ ਉਹਨਾਂ ਨੂੰ ਕੋਈ ਸਮਝਣ ਦਿੰਦੇ ਆ। ਇੱਕ ਗੱਲੋਂ ਉਹਨਾਂ ਦਾ ਕਸੂਰ ਘੱਟ ਵੀ ਹੈ ਕਿਉਂਕਿ ਅੱਜ ਕੱਲ੍ਹ ਜ਼ਮਾਨਾ ਇਹ ਆ ਗਿਆ ਕਿ ਐਵਰੀਥਿੰਗ ਇਜ਼ ਕੰਟਰੋਲਡ ਬਾਈ ਦਾ ਚੀਫ ਮਿਨਿਸਟਰ। ਅਗਰ ਇਹ MLA ਇੰਨੇ ਵਿਚਾਰੇ ਇਹ ਕਰ ਦਿੱਤੇ ਬੋਲਣ ਜੋਗੇ ਰਹੇ ਨਹੀਂ, ਹੁਣ ਇਹਨਾਂ ਕੋਲ ਕੋਈ ਕੰਮ ਨਹੀਂ, ਇਹਨਾਂ ਨੂੰ ਇੰਨੀ ਕੁ ਡਿਊਟੀ ਦਿੰਦੇ ਆ ਬਈ ਤੂੰ ਉਹਦੇ ਗੱਲ ਪੈ ਜਾਣਾ, ਜੇ ਉਹ ਬੋਲੇ ਤਾਂ ਤੂੰ ਉਹਦੇ ਗੱਲ ਪੈਣਾ, ਜਿਵੇਂ ਉਹ ਕਬੱਡੀ ਦੇ ਬੰਦੇ ਜਾਫੀ ਹੁੰਦੇ ਨਾ, ਸੋ ਇਹਨਾਂ ਦਾ ਕੰਮ ਹੁਣ ਉਹ ਹੋ ਗਿਆ ਕਿਉਂਕਿ ਇਹਨਾਂ ਵਿੱਚ ਇਹਨਾਂ ਨੂੰ ਕੋਈ ਇਨਫੋਰਮੇਸ਼ਨ ਇਹ ਕਲੈਕਟ ਨਹੀਂ ਕਰਦੇ। ਭਾਵਨਾਵਾਂ ਹੁੰਦੀਆਂ ਕਿ ਉਹ
चाहते हैं कि कदों सैशन आए तो साडा एम एल ए साडे एरिए वास्ते कोई डिवेलपमेंट फंड लैके आए कोई होर इदा योजना लैके आए जाकि साडा भला हो सके तो उ एम एल ए जाके विधानसभा का सैशन अब्बल तो आता ही मसा जे आ गया तो उत्थे दूजे ते चिक्कड़ सिटी जाता उत्ते सिटी जाते उन्हें टाइम वेस्टेज नहीं होंगे जी टाइम वेस्टेज तो बहुत होंगे मैं उही तो गल की है क्योंकि इन्होंने कॉन्स्टिट्यूएंसियां नू अजकल चीफ मिनिस्टर की मर्जी ना है किनू कितने मिलना किनू कितने मिलना कई ऐसा कॉन्स्टिट्यूएंसियां जिन्हें 70 साल ही कख नहीं होया सारिया पार्टियां आगे चल गई जी, 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 तो आ जिहड़ी हुण तुसी तीजी गल है अपनी बजट है इन्होंने 3 साल क्यों नहीं किया कारण यह है जी इन्ह लोगों को पैसे है नहीं जिहड़े रिसोर्सिस है वह उन्होंने टैप नहीं करते अच्छा जिहड़े पहला भी दस्या सी जिवें बाजवा साहब ने प्रताप सिंह राणा ने दस्या भाई जिथों इन्हों पैसे आने रेवेन्यू तो उतों तो यह कट्ठे नहीं करते तो फिर यह कि जो चौथी बारी आँदी है उदो अपना ये कर करा के चले जाते हैं पर देखो मैनू इस गल का थोड़ा जहा होर है कि जिहड़ी इलैक्शन का ईयर है जिवें हुण प्रताप सिंह बाजवा ने अज एक बहुत चंगी गल की नोट करने वाली है क्योंकि किसी ने उच्चा नीवा नहीं दिखाई पार्टी पर उन्होंने एक खास जाहिर की है कि साड़ी स्टेट च कोई 10-7 साल वास्ते चंगा चीफ मिनिस्टर आ जाए तो इस पंजाब नू दोबारा ली ते लिया सकदा और इनफैक्ट एक ज्ञानी जैल सिंह तो बाद उतों दे किसे चीफ मिनिस्टर ने कख नहीं किया टोटल पंजाब नू 15 साल ही मिले आ 8 तो 10 साल प्रताप सिंह करांदे और 5 साल ज्ञानी जैल सिंह कर्जे माफ लई रख लिया पहला भी उन्होंने कुछ किए पूरे नहीं जो प्रोमिस किया सी पूरा तो डिलीवर नहीं होया उहदे विच मजबूरियां रहियां होणगियां गवर्नमेंट दीआं फंड्स ना अवेलेबल होणगे पर हुण 1712 करोड़ होर रख लिया छोटे मजदूर ते छोटे किसान ते मजदूरां लई ਤੁਹਾਨੂੰ ਨਹੀਂ ਲੱਗਦਾ ਕਿ ਇੰਨੇ ਕੁ ਨਾ ਵੀ ਹੱਲੇ ਵੀ ਨਹੀਂ ਸਰਨਾ ਕਿਉਂਕਿ ਜਿੰਨਾ ਇਸ ਟਾਈਮ ਕਰਜ਼ਾ ਦਿਖ ਰਿਹਾ ਆ ਪੂਰੇ ਪੰਜਾਬ ਸਟੇਟ ਦੇ ਉੱਤੇ ਉਹਦੇ ਵਿੱਚ 1712 ਕਰੋੜ ਤਾਂ ਕੁਛ ਵੀ ਨਹੀਂ ਹੈ ਨਹੀਂ ਉਹ ਇਸ ਤਰ੍ਹਾਂ ਜੀ ਉਦੋਂ ਇਹਨਾਂ ਨੇ ਕੋਈ 4200 ਕਰੋੜ ਕੀਤਾ ਸੀਗਾ ਹੁਣ ਇਹ 1700 ਹੋਰ ਕਰ ਦਿੱਤਾ ਟੋਟਲ ਲਾ ਲਓ 6000 ਕਰੋੜ ਐਜ ਅਗੇਂਸਟ 95000 ਕਰੋੜ 95000 ਕਰਜ਼ਾ 6000 ਦੀ ਮਾਫੀ ਹੋਈ ਹੈ चलो है बहुत थोड़ा पर पहले वाली गवर्नमेंट नालों तो फिर भी बेटर है चलो किसी नु कुछ तो मिले पर जेड़े प्रोग्राम है इसनों बहुत बेटर हो सकते हैं इन्हां नु थोड़ा जा करड़ा होना पैना है एक मैं और जानना जेड़ा पंजाब दे विच और सारे इंडिया च एक रिसोर्स अनटैप है वो है परसनल ते कमर्शियल रियल स्टेट ओहदे टैक्स उत्थे प्रॉपर नहीं है क्योंकि उन्होंने असैसड वैल्यू की जाए उदे ते टैक्स लगन आए साल तुहानू पैसे आउणगे हुण तुसी लुधियाना शहर वेखो आम जिहड़ा एक कोठी है माड़ी तो माड़ी वह 1.5 करोड़ की 1 करोड़ की है अगर उहदे ते अजकल मैं देखिया क्योंकि मैं उत्थों दे रहिणा आ मैनू पता है वह जिहड़ियां करोड़ां दी प्रॉपर्टी है उन्हां दा टैक्स की हुंदा सारा 3000 साल का 5000 साल का एक्चुअली वह टैक्स इन्हां नू वधाउणे चाहीदे आ ਉਹਦੇ ਨਾਲ ਇੱਕ ਬੜਾ ਵੱਡਾ ਰਿਸੋਰਸ ਇਹਨਾਂ ਦਾ ਵੱਧ ਸਕਦਾ ਤੁਸੀਂ ਗੱਲ ਕਰ ਰਹੇ ਹੋ ਪ੍ਰਾਪਰਟੀ ਟੈਕਸ ਦੀ ਰਾਈ ਪ੍ਰਾਪਰਟੀ ਟੈਕਸ ਰੀਅਲ ਸਟੇਟ ਐਂਡ ਕਮਰਸ਼ੀਅਲ ਪ੍ਰਾਪਰਟੀ ਸਮਝ ਗਿਆ ਸਮਝ ਗਿਆ ਉਹ ਤਾਂ ਜਿੱਦਾਂ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਨੇ ਬਹੁਤ ਚੰਗੀ ਤਰ੍ਹਾਂ ਐਕਸਪਲੇਨ ਕੀਤਾ ਕਿ ਜਿਹੜਾ ਤੁਸੀਂ ਦੱਸਿਆ ਉਹ ਵੀ ਸਹੀ ਹੈ ਜਿਹੜਾ ਐਕਸਰਸਾਈਜ਼ ਤੋਂ ਆਉਣਾ ਜਿਹੜਾ ਸ਼ਰਾਬ ਤੋਂ ਕਹਿੰਦੇ ਕਿ 7000 ਕਰੋੜ ਰੁਪਏ ਦੀ ਆਮਦਨੀ ਪਿਛਲੇ ਸਾਲ 'ਚ ਕੀਤੀ ਹੈ ਕੋਈ ਨੀਤੀਆਂ ਚੇਂਜ ਕਰਕੇ ਤੇ ਮੈਂ ਕਿਤੇ ਰਿਪੋਰਟ ਪੜ੍ਹ ਰਿਹਾ ਸੀ ਬਾਜਵਾ ਸਾਹਿਬ ਕਿ ਤਮਿਲਨਾਡੂ ਦੇ ਵਿੱਚ 32000 ਕਰੋੜ ਰੁਪਇਆ ਸਾਲ ਦਾ ਤਮਿਲਨਾਡੂ ਸਰਕਾਰ ਬਣਾ ਰਹੀ ਹੈ ਸਿਰਫ ਤੇ ਸਿਰਫ ਆ ਸ਼ਰਾਬ ਦੇ ਠੇਕਿਆਂ ਚੋਂ ਦੇਖੋ ਜੀ ਡੇਟੇ ਜੇ ਕਿਹਾ ਜਾਂਦਾ ਹੈ ਕਿ ਪੰਜਾਬ ਸਭ ਤੋਂ ਜ਼ਿਆਦਾ ਸ਼ਰਾਬ ਕੰਜ਼ਿਊਮ ਕਰਦਾ ਰਾਈਟ ਅਗਰ ਅਸੀਂ ਸਭ ਤੋਂ ਜ਼ਿਆਦਾ ਸ਼ਰਾਬ ਕੰਜ਼ਿਊਮ ਕਰਦੇ ਹਾਂ ਤੇ ਸਾਡੀ ਐਕਸਾਈਜ਼ ਡਿਊਟੀ ਵੀ ਇੰਡੀਆ 'ਚ ਸਭ ਤੋਂ ਜ਼ਿਆਦਾ ਇਕੱਠੀ ਹੋਣੀ ਚਾਹੀਦੀ ਰਾਈਟ ਸੋ ਸਿੰਪਲ ਕਿਉਂਕਿ ਬੀਅਰ ਤੇ ਸ਼ਰਾਬ ਸਾਡੀ ਕੰਟਰੀ 'ਚ ਸਾਡੀ ਇੰਡੀਆ ਕੰਟਰੀ ਸਟੇਟ 'ਚ ਸਭ ਤੋਂ ਜ਼ਿਆਦਾ ਹੈ ਇਹ ਮੈਂ ਗਰੰਟੀ ਨਾਲ ਇਹ ਗੱਲ ਕਹਿ ਸਕਦਾ ਐਕਸਾਈਜ਼ ਸਾਡੀ ਕਿਉਂ ਘੱਟ ਆਉਂਦੀ ਹੈ ਇਹ ਗੌਰਮੈਂਟ ਨੂੰ ਪਤਾ ਕੋਈ ਲੂਪ ਹੋਲ ਆਉਣਗੇ
ਲੂਪ ਹੋਲ ਬਹੁਤ ਹੈ ਉਹ ਹੁਣ ਬੰਦ ਕਰਨ ਦਾ ਟਾਈਮ ਆ ਗਿਆ। ਬਾਜੋ ਸਾਹਿਬ ਲੂਪ ਹੋਲ 'ਤੇ ਆਪਾਂ ਰੱਖਾਂਗੇ ਪ੍ਰੋਗਰਾਮ ਕਿਸ ਦਿਨ ਅਤੇ ਅੱਜ ਦਾ ਜਿਹੜਾ ਟਾਈਮ ਹੈ ਉਹ ਬਹੁਤ ਕਲੋਜ਼ ਹੈ। ਤੁਸੀਂ ਕਾਲ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਇਹ ਸਨ ਸਰਦਾਰ ਰਿਛਪਾਲ ਸਿੰਘ ਜੀ ਬਾਜਵਾ, ਸਾਡੇ ਨਾਲ ਸ਼ਿਕਾਗੋ ਤੋਂ ਜੁੜ ਜਾਂਦੇ ਨੇ। ਦਰਸ਼ਕੋ, ਬਹੁਤ ਨਿਊਜ਼ਾਂ ਸੀ ਜਿਹੜੀਆਂ ਤੁਹਾਡੇ ਨਾਲ ਮੈਂ ਸ਼ੇਅਰ ਕਰਨੀਆਂ ਸੀ। ਬੜੇ ਬਹੁਤ ਚੰਗੇ ਟੋਪਿਕ ਸੀ ਜਿਹੜਾ ਮੈਂ ਲੈ ਕੇ ਆਇਆ, ਪਰ ਆਪਣੇ ਨਾਲ ਕਾਲਰ ਜੁੜ ਗਿਆ ਉਹ ਵੀ ਵਧੀਆ, ਉਹਨਾਂ ਦਾ ਵੀ ਬਹੁਤ ਵਧੀਆ ਰਿਹਾ। ਸਰਦਾਰ ਪ੍ਰਤਾਪ ਸਿੰਘ ਬਾਜਵਾ ਜੁੜੇ, ਉਹਨਾਂ ਦਾ ਵੀ ਧੰਨਵਾਦ, ਅਤੇ ਤੁਸੀਂ ਜੁੜੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਅੱਜ ਦਾ ਟਾਈਮ ਇੱਥੋਂ ਤੱਕ ਸੀ, ਆਪਣਾ ਪੂਰਾ ਖਿਆਲ ਰੱਖਣਾ ਅਤੇ ਮੈਨੂੰ ਗੁਲਾਲ ਨੂੰ ਦਿਓ ਇਜਾਜ਼ਤ। ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਅਤੇ ਸ਼ਬਾ ਖੈਰ।